ਇਸ ਸੰਜਣ ਕੋ ਜਾਪ ਸੋ ਭਜਪਾ ਜਾਪੈ, ਜਾਪ ਸੋ ਭਜਪਾ ਜਾਪੈ, ਸਤਾਰ ਹੈ ਅੰਜਨ ਸੀ ਕਾਇਆ ਕਾਲਨਾ
ਦੀ ਬਾਣੀ ਆਹ ਕੰਮ ਕਰਦੀ ਜੀ ਵੀਹ ਦਸ ਭਰਦੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਬਣਾਉਂਦੇ ਨੇ ਅਤੇ ਦਸਮ ਗ੍ਰੰਥ ਛਪਾਈ ਵੀਹ ਰਸ ਪ੍ਰਤੱਖ ਰੂਪ ਵਿੱਚ ਤੁਸੀਂ ਦੇਖ ਲਿਆ ਨਾ ਕਿਵੇਂ ਵੀਹ ਰਸ ਵਿੱਚ ਆ ਕੇ ਬੱਚਿਆਂ ਨੇ ਜਕਾਰੇ ਛੱਡੇ ਨੇ ਅਤੇ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਤੋ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਦ੍ਰਿੜ ਵਿਸ਼ਵਾਸ ਸਤਿਗੁਰਾਂ 'ਤੇ ਹੋਵੇ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ ਸੋ ਆਓ ਸਤਿਗੁਰਾਂ ਦੀ ਬੜੀ ਕਿਰਪਾ ਦਾ ਪਾਤਰ ਜਿਸ ਜਥੇ ਨੂੰ ਆਪਾਂ ਜਾਗੋ ਵਾਲਾ ਜਥਾ ਕਰਕੇ ਜਾਣਦੇ ਹਾਂ ਆਓ ਤਿੰਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ
ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਾ ਸੁਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰੇ ਪਰਿਵਾਰ ਚੌਹਾਂ ਬੱਚਿਆਂ ਕੁਹਾਏ ਦੇਵੇ, ਵਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਕਾਲ ਜੀ, ਲੰਮੀ ਉਮਰ ਪਹਿਲਾਂ ਸਿੱਪੀ ਵਿੱਚ ਕੱਟੇ, ਮੋਤੀ ਜ਼ੁਲਫ ਦਾ ਫੇਰ ਸ਼ੰਗਾਰ ਬਣਦਾ, ਫੁੱਲ ਆਪਣਾ ਤਨ ਚਰਵਾਏ ਪਹਿਲੋਂ, ਕਿਸੇ ਦੇ ਗਲੇ ਦਾ ਹਾਰ ਬਣਦਾ, ਸੁਰਮਾ ਆਪਣਾ ਤਨ ਰਗੜਾਏ ਪਹਿਲੋਂ,
ਜਗੀਰਾਂ ਦੀ ਲੋੜ ਕੋਈ ਨਾ, ਤੇ ਸਿਰ ਦੇਣ ਵਾਲਾ ਸਰਦਾਰ ਬਣਦਾ। ਸੋਹਣੇ ਦਸਤਾਰੇ ਤੇ ਚੱਕਰ ਚਮਕੇ ਸੋਭਾ ਪਾਵੇ, ਸੋਹਣੇ ਦਸਤਾਰੇ ਤੇ ਚੱਕਰ ਚਮਕੇ ਸੋਭਾ ਪਾਵੇ, ਕਲਗੀ ਦੀ ਚਲਕ ਪਵੇ ਜਿਸ ਨੂੰ ਤੱਕਿਆ ਚੰਨ ਸ਼ਰਮਾਵੇ। ਦੇ ਵਾਰਸ ਹੋ ਜੀ ਹਰ ਦਿਲ ਮਹਿਬੂਬ ਪਿਆਰੇ, ਰੱਖ ਲਾਜ ਨਮਾਣਾ ਦੀ ਜਿਹੜੀ ਉਬਾਜ ਤੜਾਵਣ ਹਾਰੇ, ਰੱਖ ਲਾਜ ਨਮਾਣਾ ਦੀ ਜਿਹੜੀ ਉਬਾਜ ਤੜਾਵਣ ਹਾਰੇ। ਉਹ ਨੈਣਾ ਦੀ ਮਸਤੀ ਤੋਂ ਭਗਤੀ ਭਾਵ ਨਜ਼ਰ ਨਿਤ ਆਵੇ, ਭਗਤੀ ਭਾਵ ਨਜ਼ਰ ਨਿਤ ਆਵੇ, ਮਸਤਕ ਦੀ ਰੇਖਾ ਤੋਂ ਲਛਮੀ ਵਾਰੀ ਕੋਲੀ ਜਾਵੇ। ਸਿਰ ਸਜੇ ਹੀਰਿਆਂ ਦੇ ਪੈਂਦੇ ਦੂਰ ਦੂਰ ਚਮਕਾਵੇ, ਰੱਖ ਲਾਜ ਨਮਾਣਿਆਂ ਦੀ ਜਿਹੜੀ ਉਬਾਜ ਤੜਾਵਣ ਹਾਰੇ, ਰੱਖ ਲਾਜ ਨਮਾਣਿਆਂ ਦੀ ਬਜ਼ਾਰੋਂ। ਸੋਹਣੇ ਜਹੇ ਮੁਖੜੇ ਤੇ ਪਤਲਾ ਨੱਕ ਖੰਡੇ ਦੀ ਤਾਰੋਂ, ਮੋੜੇ ਚੇਤੋਂ ਜਾਈਏ ਲੱਖ ਵਾਰ ਬਲਹਾਰੇ, ਰੱਖ ਲਾਜ ਨਮਾਣਿਆ ਦੀ ਚਿੜੀ ਉਬਾਜ ਤੜਾਵਣ ਹਾਰੇ, ਰੱਖ ਲਾਜ ਨਮਾਣਿਆ ਦੀ ਚਿੜੀ ਉਬਾਜ ਤੜਾਵਣ ਹਾਰੇ। ਸ਼ਸਤਰ ਪਾਉਂਦੇ ਸੋਭਾ ਜੰਗੀ, ਹਰ ਸ਼ਬਦ ਬਣਾਵਣ ਲਈ ਧਰਤੀ ਸੁੱਚੇ ਖੂਨ ਨਾਲ ਰੰਗੀ। ਮਾਂ ਪਿਓ ਕਟਵਾ ਦਿੱਤੇ ਵਾਰ ਭੂਆ ਦੇ ਪੁੱਤ ਪਿਆਰੇ, ਰੱਖ ਲਾਜ ਨਮਾਣਿਆਂ ਦੀ ਜਿਹੜੀਆਂ ਮਾਂ ਤੜਾਵਣ ਹਾਰੇ, ਰੱਖ ਲਾਜ ਨਮਾਣਿਆਂ ਦੀ। ਲੋਕਾਂ ਦੇ ਸੁੱਖ ਬਦਲੇ ਝੂਠੇ ਫਾਂਸੀ ਸਮਝ ਪੰਗੂੜਾ, ਆਸ ਦੇ ਪੰਨਿਆਂ ਤੇ ਚਮਕਣ ਜਿਵੇਂ ਦਮਕਦੇ ਤਾਰੇ, ਰੱਖ ਲਾਜ ਨਮਾਣਿਆਂ ਦੀ ਜਿਹੜੀ ਉਬਾਜ ਤੜਾਵਣ ਹਾਰੇ, ਰੱਖ ਲਾਜ ਨਮਾਣਿਆਂ ਦੀ ਜਿਹੜੀ ਉਬਾਜ ਤੜਾਵਣ ਹਾਰੇ। ਉਹ ਹਿੰਦੂ ਸਿੱਖ ਮੁਸਲਿਮ ਲਈ ਜਿਸ ਦਾ ਪਿਆਰ ਸਰਬ ਲਈ ਰਲਵਾਂ, ਰਣ ਵੈਰੀ ਤੜਫਣ ਪੈ ਲਾਉਂਦਾ ਪਿਆਰ ਨ ਜ਼ਖਮੀ ਮਾਲਮਾਂ। ਭਾਈ ਕਨਈਏ ਦੇ ਦਾਨੀ ਪੁਰਸ਼ ਦਵਈ ਤੋਂ ਬਾਰੇ, ਰੱਖ ਲਾਜ ਨਮਾਣਿਆਂ ਦੀ ਜਿਹੜੀ ਉਬਾਜ ਤੜਾਵਣ ਹਾਰੇ, ਰੱਖ ਲਾਜ ਨਮਾਣਿਆਂ ਦੀ ਜਿਹੜੀ ਉਬਾਜ ਤੜਾਵਣ ਹਾਰੇ।
ਸ਼ਹੀਦੇ ਨੂੰ ਉਸ ਦੀ ਬੇੜੀ ਚਰਨ ਟਕਾ ਕੇ, ਉਸ ਦੀ ਬੇੜੀ ਚਰਨ ਟਕਾ ਕੇ ਪਾਪਾਂ ਦੀ ਨਦੀਆ ਚੋਂ ਰੁੜਦਾ ਸਿੱਖ ਬਚਾਇਆ ਜਾ ਕੇ, ਦਵਾਨਿਆਂ ਨੂੰ ਕਿਰਪਾ ਕਰਕੇ ਦੇ ਦਿਦਾਰੇ ਰੱਖ ਲਾ ਨਿਮਾਣਿਆਂ ਦੀ ਜਿਹੜੀਆਂ ਬਾਜ ਦੜਾਵਣ ਨਾਰੇ, ਰੱਖ ਲਾ ਨਿਮਾਣਿਆਂ ਦੀ ਸਭ ਕੁਝ ਲੁੱਟਵਾ ਕੇ ਤੇ ਸਮਝਿਆ ਸੰਗਤ ਨੂੰ ਸ਼ਰਮਾਇਆ, ਇਸ ਪੰਥ ਖਾਲਸੇ ਤੋਂ ਵਾਰ ਜਿਗਰ ਦੇ ਟੁੱਟੇ ਚਾਰੇ ਰੱਖ ਲਾ ਨਿਮਾਣਿਆਂ ਦੀ ਜਿਹੜੀ ਆਵਾਜ਼ ਤੇ ਰਾਵਣ ਹਾਰੇ, ਰੱਖ ਲਾ ਨਿਮਾਣਿਆਂ ਦੀ ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਜੀ ਦੀ ਸਵਾਰੀ ਹੋਈ ਗੁਰੂ ਸਾਧ ਸੰਗਤ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਰਬ ਸ਼ਕਤੀਮਾਨ, ਗਰੀਬ ਨਵਾਜ, ਚਵਰ ਤਖ਼ਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਅਵਤਾਰ, ਸਤਿਗੁਰਾਂ ਦੇ ਗੋਦ ਵਿੱਚ ਸੱਜ ਬੈਠੇ ਸਰਬੱਤ ਮਾਈ ਪਾਈ ਪਿਆਰ ਵਿੱਚ ਆਓ, ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ, ਰਸਨਾ ਨੂੰ ਪਵਿੱਤਰ ਕਰਨ ਵਾਸਤੇ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰਨ ਲਈ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਸੰਗਤ, ਕੋਈ ਵੀ ਮਾਈ ਭਾਈ ਐਸਾ ਨਾ ਰਹਿ ਜਾਏ ਜੋ ਸਤਿਗੁਰਾਂ ਦੀ ਬਖਸ਼ੀ ਹੋਈ ਦਾਤ ਫਤਿਹ ਨਾ ਬੁਲਾਵੇ। ਇੱਕੋ ਵਾਰੀ ਕਹਿਣ ਦੇ ਉੱਤੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ ਕੀਤੀ ਹੈ। ਜਦੋਂ ਮੇਰੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਉੱਤੇ, ਸਿੱਖ ਪਰਿਵਾਰਾਂ ਉੱਤੇ ਰਹਿਮਤ ਕਰਦੇ ਨੇ, ਉਸ ਵੇਲੇ ਆਪਣੀ ਗੋਦ ਵਿੱਚ ਬੈਠਣ ਦਾ ਸਤਿਗੁਰੂ ਸਮਾਂ ਬਖਸ਼ਦੇ ਨੇ। ਕਲ ਯੁੱਗ ਦੇ ਘੋਰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਉਹ ਸਿੱਖ ਭਾਗਾਂ ਵਾਲਾ ਹੈ ਜਿਹਨੂੰ ਜਦੋਂ ਵੀ ਸਮਾਂ ਮਿਲੇ ਤਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੰਗਤ ਰੂਪ ਵਿੱਚ ਬੈਠ ਕੇ ਆਪਣੇ ਸਵਾਸਾਂ ਨੂੰ ਸਫਲ ਕਰਦਾ ਹੈ। ਖਾਲਸਾ ਜੀ, ਸ਼ਾਮਾਂ ਦੇ ਦੀਵਾਨ ਸਜੇ ਹਨ ਅਤੇ ਸ਼ਾਮਾਂ ਦੇ ਨਿਤਨੇਮ ਜੋ ਸਤਿਗੁਰਾਂ ਨੇ ਰਹਿਰਾਸ ਸਿੱਖਾਂ ਨੂੰ ਬਖਸ਼ੀ ਹੈ ਉਸ ਵਿੱਚ ਬਚਨ ਆਉਂਦੇ ਹਨ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਠਾਓ। ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਆ ਅੱਖਾਂ ਨਾਲ ਗੁਰੂ ਅਤੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨੇ, ਸਤਿਗੁਰਾਂ ਦੇ ਬਖਸ਼ੇ ਹੋਏ ਜੋ ਇਹ ਸਰਵਣ ਨੇ ਕੰਨ ਨੇ ਸਰੀਰ ਨੂੰ ਬਖਸ਼ੇ ਹੋਏ, ਇਹਨਾਂ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਤਨੇਮ, ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਦਾ ਕੀਰਤਨ, ਸਰਵਣ ਕਰਨ ਦਾ ਸੁਭਾਗ ਬਹੁਤ ਹੀ ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੂੰ ਮਿਲਦਾ ਹੈ। ਸੋ ਉਹਨਾਂ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਸਮਾਂ ਬਖਸ਼ ਕੀਤਾ ਹੈ। ਗੁਰੂ ਦਰੋਂ ਵਰਸਾਏ ਹੋਏ ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਹਜ਼ੂਰੀ ਜਥੇ ਨੇ ਮੇਰੇ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਦਾਤ
ਉਹ ਬਾਣੀ ਗੁਰੂ ਕੀਆਂ ਸਿੱਖ ਸੰਗਤਾਂ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸੰਗਤਾਂ ਨੂੰ ਸਰਵਣ ਕਰਾਈ ਹੈ। ਗੁਰੂ ਕੀਆਂ ਸੰਗਤਾਂ ਨਿਹਾਲ ਹੋਏ ਹੋ, ਜੋ ਪਰਸੋਂ ਤੋਂ ਲੈ ਕੇ ਸਤਿਗੁਰਾਂ ਦੀ ਬਖਸ਼ਿਸ਼, ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ, ਆਪ ਗੁਰੂ ਕੀਆਂ ਸਮੂਹ ਸੰਗਤਾਂ, ਪੜ੍ਹਾਈ ਦੀ ਸੰਗਤ ਅਤੇ ਕੀਸ ਵਿਰੋਧੀ ਸਮੁੱਚੀ ਸੰਗਤ ਨੇ ਪ੍ਰਬੰਧਕਾਂ ਨੂੰ ਸਾਹ ਦੇ ਕੇ ਜੋ ਇਹ ਸਮਾਗਮ ਰਚੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਹ ਸਮਾਗਮ ਵਿੱਚ ਜਿਸ ਵੀ ਮਾਈ ਭਾਈ ਨੇ ਹਿੱਸਾ ਲਿਆ ਹੈ, ਸਤਿਗੁਰੂ ਸੱਚੇ ਪਿਤਾ ਉਹਨਾਂ ਦੀ ਕਿਰਤ ਕਮਾਈ ਸਹੁਲ ਕਰਕੇ ਅਤੇ ਆਪਣੇ ਦਰਦ ਪ੍ਰਵਾਨ ਸੇਵਾ ਕਰਨ। ਸੋ ਆਓ ਸਵੇਰ ਦੇ ਦੀਵਾਨ ਵਿੱਚ ਆਪਾਂ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ, ਆਪ ਗੁਰੂ ਕੀਆਂ ਸੰਗਤਾਂ ਦੀ ਬਖਸ਼ੀ ਹੋਈ ਸੋਝੀ ਮੁਤਾਬਕ ਸਾਂਝਾ ਕੀਤਾ ਸੀ। ਸੋ ਦਿਨ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਵੀ ਲੰਘ ਕੇ ਗਏ ਹਨ। ਸੋ ਇਹ ਦੋਨੋਂ ਇਤਿਹਾਸ ਜਿਹੜੇ ਹਨ ਬਹੁਤ ਹੀ ਮਹੱਤਵਪੂਰਨ ਸਾਡੇ ਵਾਸਤੇ ਹਨ। ਮੇਰੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ 10 ਕਲਾਸਾਂ, 10 ਜਮਾਤਾਂ, 10 ਹਿੱਸਿਆਂ ਵਿੱਚ ਸਾਨੂੰ ਇਹ ਸਿੱਖਿਆ ਬਖਸ਼ ਕੇ ਅਤੇ ਸੰਪੂਰਨਤਾ 1699 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸੰਪੂਰਨਤਾ ਖਾਲਸਾ ਸਾਜ ਕੇ ਬਖਸ਼ ਕੀਤੀ ਹੈ। ਸੋ ਉਸ ਬਖਸ਼ਿਸ਼ ਦੇ ਪਾਤਰ ਗੁਰੂ ਕੇ ਪਿਆਰੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਹੋ। ਸੋ ਪਹਿਲੀ ਜਮਾਤ, ਦੂਸਰੀ, ਤੀਸਰੀ, ਚੌਥੀ ਅਤੇ ਪੰਜਵੀਂ, ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ਼ਹਾਦਤ ਦੀ ਸਿੱਖਿਆ ਅਤੇ ਸ਼ਾਂਤ ਚਿੱਤ ਰਹਿਣ ਦੀ, ਸ਼ਾਂਤਮਈ ਸ਼ਹੀਦੀ ਦੇ ਕੇ ਅਤੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਣੇ, ਉਹ ਇਤਿਹਾਸ ਦਾ ਵਰਕਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਅਤੇ ਮੈਨੂੰ ਪਤਾ ਹੈ ਕਿ ਆਪ ਗੁਰੂ ਕੀ ਸੰਗਤ ਵਿੱਚੋਂ ਕੋਈ ਵੀ ਐਸਾ ਪ੍ਰਾਣੀ ਨਹੀਂ ਹੋਵੇਗਾ ਜਿਹਨੂੰ ਮੇਰੇ ਨਾਲੋਂ ਘੱਟ ਸ਼ਹੀਦੀ ਬਾਰੇ ਪਤਾ ਹੋਵੇ। ਇਹ ਤਾਂ ਇੱਕ ਤੁਹਾਡੀ ਬਖਸ਼ਿਸ਼ ਹੈ ਅਤੇ ਇੱਕ ਆਪਾਂ ਇੱਕ ਸਿੱਖ ਪਰਿਵਾਰ ਹੋਣ ਦੇ ਨਾਤੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਪਿਆਰਾ ਅਤੇ ਸਿੱਖੀ ਨੂੰ ਰੰਗਤ ਦੇਣ ਵਾਲਾ ਜਿਹੜਾ ਇਤਿਹਾਸ ਹੈ ਉਹ ਤੁਹਾਡੇ ਤੋਂ ਸੁਣਿਆ ਹੋਇਆ ਹੀ ਤੁਹਾਨੂੰ ਸੁਣਾਉਣਾ ਹੈ। ਜਿਵੇਂ ਅਧਿਆਪਕ ਕਦੇ ਤਾਂ ਵਿਦਿਆਰਥੀ ਨੂੰ ਸਿਖਾਲਦਾ ਹੈ ਅਤੇ ਕਦੇ ਵਿਦਿਆਰਥੀ ਨੂੰ ਕਹਿੰਦਾ ਚੱਲ ਹੁਣ ਜਿਹੜਾ ਤੂੰ ਸਬਕ ਸਿੱਖਿਆ ਹੈ ਉਹ ਸਾਰੀ ਕਲਾਸ ਵਿੱਚ ਖੜ੍ਹ ਕੇ ਅਤੇ ਤੂੰ ਇੱਕ ਵਾਰੀ ਦੁਬਾਰਾ ਇਸ ਨੂੰ ਦੁਹਰਾ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਸੁਣਾ। ਸੰਗਤ ਵਿੱਚੋਂ ਅਸੀਂ ਹਾਂ, ਗੁਰੂ ਕੇ ਦਾਸ ਤੁਹਾਡੇ ਵਾਂਗ ਅਸੀਂ ਹਾਂ, ਤੁਹਾਡੀ ਬਖਸ਼ਿਸ਼ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਪਿਰਥੀ ਚੰਦ ਨੇ ਬੜੇ ਹਮਲੇ ਕਰਾਏ ਕਿ ਬਾਲ ਅਵਸਥਾ ਵਿੱਚ ਹੀ ਮੈਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਖਤਮ ਕਰਾਂ ਅਤੇ ਗੁਰਤਾ ਗੱਦੀ ਜਿਹੜੀ ਆ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਸਕੇ। ਮਿਹਰਬਾਨ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਪੜ੍ਹਾਇਆ ਅਤੇ ਜਿਸ ਵੇਲੇ ਛੇਵੇਂ ਪਾਤਸ਼ਾਹ ਦਾ ਅਵਤਾਰ ਹੁੰਦਾ ਹੈ ਪਿਰਥੀ ਚੰਦ ਵੱਖਰਾ ਹੋ ਕੇ ਅਤੇ ਆਪਣੇ ਪੁੱਤਰ ਨੂੰ ਹੀ ਪਹਿਲੋਂ ਆਪ ਗੁਰੂ ਬਣਿਆ ਰਿਹਾ, ਪੂਜਾ ਕਰਾਉਂਦਾ ਰਿਹਾ, ਆਪ ਤੋਂ ਬਾਅਦ ਆਪਣੇ ਪੁੱਤਰ ਮਿਹਰਬਾਨ ਨੂੰ ਉਸਨੇ, ਪਰ ਉਹਨਾਂ ਦਾ ਟੋਲਾ ਜਿਹੜਾ ਸੀ ਮਨਮੁੱਖਾਂ ਦਾ ਉਹ ਵੀ ਉਹਨਾਂ ਦੇ ਨਾਲ ਲੱਗਾ ਰਿਹਾ। ਪਰ ਸਮੇਂ ਦੇ ਨਾਲ ਇਹ ਹਮੇਸ਼ਾ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਦੋ ਧੜੇ ਚੱਲਦੇ ਹਨ, ਇੱਕ ਗੁਰਮੁਖਾਂ ਦਾ ਧੜਾ, ਇੱਕ ਮਨਮੁੱਖਾਂ ਦਾ ਧੜਾ। ਇਹ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਇਹ ਚੱਲਦੇ ਰਹੇ ਹਨ। ਸਤਿਗੁਰੂ ਸਾਡੇ 'ਤੇ ਕਿਰਪਾ ਕਰਨ, ਅਸੀਂ ਮਨਮੁੱਖਾਂ ਨਾਲੋਂ ਵੱਖਰੇ ਹੋ ਕੇ ਗੁਰਮੁਖ ਬਣ ਕੇ ਗੁਰੂ ਕੇ ਚਰਨਾਂ ਦੇ ਵਿੱਚ ਬੈਠੀਏ। ਗੁਰਮੁਖ ਵੈਸਹੁ ਸਫਾ ਵਿਛਾਏ, ਜਿਵੇਂ ਆਪ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਬੈਠੇ ਹੋ, ਆਪਾਂ ਗੁਰੂ ਨਾਲ ਜੁੜੇ ਰਹੀਏ। ਗੁਰੂ ਨਾਲੋਂ ਤੋੜਨ ਦਾ ਯਤਨ ਬੜੇ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਸੋ ਉਸ ਵੇਲੇ ਪਿਰਥੀ ਚੰਦ ਨੇ ਬੜਾ ਜ਼ੋਰ ਲਾਇਆ ਪਰ ਕਿਸੇ ਵੀ ਕੰਮ ਵਿੱਚ ਸਫਲ ਨਾ ਹੋ ਸਕਿਆ। ਸਮਾਂ ਚੱਲਦਿਆਂ ਚੱਲਦਿਆਂ ਮੇਰੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਇਹ ਸੇਵਾ ਬਖਸ਼ੀ ਲਿਖਣ ਦੀ ਅਤੇ ਆਪ ਸਤਿਗੁਰਾਂ ਨੇ ਰਾਮਸਰ ਸਰੋਵਰ ਦਾ ਕੰਢਾ ਚੁਣ ਕੇ ਸਤਿਗੁਰਾਂ ਨੇ ਬਾਣੀ ਦਾ ਗ੍ਰੰਥ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ।
ਤਿੰਨ ਚੀਜ਼ਾਂ ਕਿਸੇ ਵੀ ਕੌਮ ਵਾਸਤੇ, ਕੌਮ ਨੂੰ ਬਣਾਉਣ ਵਾਸਤੇ ਚਾਹੀਦੀਆਂ ਹੁੰਦੀਆਂ ਹਨ। ਉਹ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਪੂਰੀਆਂ ਕੀਤੀਆਂ। ਕਿਸੇ ਵੀ ਕੌਮ ਦੀ ਆਪਣੀ ਬੋਲੀ, ਜਿਹੜੀ ਤੋਂ ਆਪਾਂ ਨੂੰ ਪਰੇ ਕੀਤਾ ਜਾ ਰਿਹਾ, ਪੰਜਾਬ ਵਿੱਚ ਵੀ ਪੰਜਾਬੀ ਗੁਰਮੁਖੀ ਤੋਂ ਪਰੇ ਕੀਤਾ ਜਾ ਰਿਹਾ ਹੈ, ਅਤੇ ਬਾਹਰ ਦੇ ਬਾਹਰ ਆਣ ਕੇ ਤਾਂ ਬਹੁਤ ਹੀ ਔਖੀ ਹੈ ਇਹ ਸਾਂਭਣੀ। ਪਰ ਤੁਸੀਂ ਕਲਾਸਾਂ ਲਾਉਂਦੇ ਹੋ, ਗੁਰੂ ਘਰਾਂ ਵਿੱਚ ਸੰਗਤਾਂ ਕਲਾਸਾਂ ਲਾਉਂਦੀਆਂ ਹਨ ਪੰਜਾਬੀ ਦੀਆਂ, ਗੁਰਮੁਖੀ ਦੀਆਂ, ਧੰਨਤਾ ਦੇ ਯੋਗ ਹਨ। ਅਤੇ ਦੂਸਰਾ ਹੈ ਉਸ ਕੌਮ ਦਾ ਕੇਂਦਰ, ਪਹਿਲੀ ਬੋਲੀ ਗੁਰਮੁਖੀ ਲਿਪੀ ਸਤਿਗੁਰਾਂ ਨੇ ਬਖਸ਼ਣੀ, ਦੂਜਾ ਕੇਂਦਰ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਕਿਰਪਾ ਕਰਨੀ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਕਮਾਉਣਾ। ਅਤੇ ਉਹਨਾਂ ਤੋਂ ਉਪਰੰਤ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਵਿੱਚ ਕਰਕੇ ਅਤੇ ਬਾਣੀ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਕੱਠੀ ਕਰਕੇ ਬਾਣੀ ਦਾ ਜਹਾਜ਼ ਬਣਾ ਕੇ ਉਸਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕਰਨਾ, ਦੂਸਰਾ ਕੇਂਦਰ ਅਤੇ ਤੀਸਰਾ ਗ੍ਰੰਥ, ਜਿਹੜਾ ਸਮਾਜਿਕ ਅਤੇ ਧਾਰਮਿਕ ਸੇਧ ਲੈ ਕੇ ਉਹ ਕੌਮ ਜਿਹੜੀ ਹੈ ਉਹ ਇਸ ਸੰਸਾਰ ਦੇ 84 ਦੇ ਗੇੜੇ ਨੂੰ ਕੱਟ ਸਕੇ। ਜਦੋਂ ਇਹ ਤਿੰਨ ਚੀਜ਼ਾਂ ਬਖਸ਼ੀਆਂ, ਉਸ ਵੇਲੇ ਦੇ ਇਸਲਾਮੀ ਲੋਕ ਜਿਹੜੇ ਹਿੰਦੁਸਤਾਨ ਉੱਤੇ ਕਬਜ਼ਾ ਕਰਕੇ ਬੈਠੇ ਸਨ, ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ। ਉਹ ਚਾਹੁੰਦੇ ਸਨ ਕਾਜ਼ੀ ਅਤੇ ਮੌਲਾਣੇ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖਾਂ ਦਾ ਖਾਤਮਾ ਕੀਤਾ ਜਾਏ। ਅਤੇ ਇਹਨਾਂ ਦਿਨਾਂ ਵਿੱਚ ਦੀਵਾਨ ਚੰਦੂ ਇੱਕ ਪਾਸੇ ਹਿੰਦੂਆਂ ਨੂੰ ਇਸਲਾਮੀ ਖਤਮ ਕਰ ਰਹੇ ਨੇ ਅਤੇ ਦੂਸਰੇ ਪਾਸੇ ਲਾਲਚੀ ਹਿੰਦੂ ਜਿਹੜੇ ਹਨ ਉਹ ਉਹਨਾਂ ਦੇ ਵਜ਼ੀਰ ਵੀ ਹਨ, ਧੀਆਂ ਦੇ ਡੋਲੇ ਦੇ ਦੇ ਕੇ ਉਹਨਾਂ ਦੇ ਲਾਗੇ ਹੋਏ ਹੋਏ। ਉਸ ਦੀਵਾਨ ਚੰਦੂ ਦੀ ਲੜਕੀ ਜਿਸਦਾ ਨਾਮ ਸੀ ਸਦਾ ਕੌਰ, ਉਹ ਜਵਾਨ ਹੋਈ, ਮੰਗਣ ਅਤੇ ਵਿਆਹੁਣ ਦੇ ਯੋਗ ਹੋਈ, ਕਿਉਂਕਿ ਉਹਨਾਂ ਸਮਿਆਂ ਵਿੱਚ ਛੋਟੀ ਉਮਰ ਵਿੱਚ ਰਿਸ਼ਤੇ ਕਰ ਦਿੱਤੇ ਜਾਂਦੇ ਸਨ। ਅਤੇ ਉਸ ਵੇਲੇ ਲਾਗੀ ਅਤੇ ਪਰੋਤ ਰਾਹੀਂ ਰਿਸ਼ਤਾ ਕੀਤਾ ਜਾਂਦਾ ਸੀ, ਅੱਜ ਵਾਲਾ ਕੰਮ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇੱਧਰ ਅੰਮ੍ਰਿਤਸਰ ਦੀ ਧਰਤੀ ਨੂੰ ਤਾਰ ਰਹੇ ਹਨ। ਦੀਵਾਨ ਚੰਦੂ ਨੇ ਬੰਦੇ ਰਿਸ਼ਤਾ ਲੱਭਣ ਵਾਸਤੇ ਭੇਜੇ ਅਤੇ ਉਸ ਨੇ ਦਿੱਲੀ ਤੋਂ ਤੁਰਨ ਲੱਗਿਆਂ ਨੂੰ ਕਿਹਾ, ਕਹਿੰਦਾ ਮੇਰੇ ਵੱਲ ਵੇਖ ਕੇ ਕੋਈ ਐਸਾ ਪਰਿਵਾਰ ਲੱਭਣਾ ਹੈ ਜਿਹਦੇ ਉੱਤੇ ਕੋਈ ਵੀ ਧੱਬਾ ਨਾ ਹੋਵੇ, ਨੇ ਕਲੰਕ ਕਲੰਕ ਤੋਂ ਰਹਿਤ, ਕਿਸੇ ਵੀ ਦੋਸ਼ ਤੋਂ ਰਹਿਤ ਪਰਿਵਾਰ ਹੋਵੇ। ਦਿੱਲੀ ਤੋਂ ਤੁਰਦਿਆਂ ਤੁਰਦਿਆਂ ਸਾਰੇ ਪਾਸੇ ਪੁੱਛਦੇ ਆਏ ਅਤੇ ਕਿਸੇ ਨਾ ਕਿਸੇ 'ਚ ਨੁਕਸ ਲੱਭ ਪਵੇ, ਅਤੇ ਲਾਹੌਰ ਤੱਕ ਵੀ ਪਹੁੰਚੇ। ਲਾਹੌਰ ਤੋਂ ਵਾਪਸ ਮੁੜਦਿਆਂ ਇਹਨਾਂ ਨੂੰ ਕੋਈ ਵੀ ਨਾ ਲੱਭਾ ਅਤੇ ਗੁਰੂ ਕੀ ਨਗਰੀ ਵਿੱਚ ਜਦੋਂ ਆਏ ਉਸ ਵੇਲੇ ਇਹਨਾਂ ਨੂੰ ਦੱਸ ਪਈ, ਕਹਿੰਦੇ ਜੀ ਕੋਈ ਨਾ ਕੋਈ ਐਸਾ ਪਰਿਵਾਰ ਚਾਹੀਦਾ ਦੀਵਾਨ ਚੰਦੂ ਦੀ ਲੜਕੀ ਲਈ। ਕਹਿੰਦੇ ਕੈਸਾ? ਕਹਿੰਦੇ ਜਿਸ ਉੱਤੇ ਕੋਈ ਦਾਗ ਨਾ ਹੋਵੇ, ਬੇਦਾਗ ਪਰਿਵਾਰ, ਬੇਧੱਬਾ ਪਰਿਵਾਰ। ਅਤੇ ਉਸ ਵੇਲੇ ਸ਼ਰਧਾਵਾਨ ਸਿੱਖ ਨੇ ਆਖਿਆ, ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਸਤਿਗੁਰੂ ਹਰਗੋਬਿੰਦ ਕੀਤੀ, ਕਹਿਣ ਲੱਗੇ ਲੜਕਾ ਪਸੰਦ ਹੈ ਪਰ ਅਸੀਂ ਚੰਦੂ ਦੀਵਾਨ ਨੂੰ ਕਹਿ ਕੇ ਅਤੇ ਰਿਸ਼ਤਾ ਲੈ ਕੇ ਸ਼ਗਨ ਲੈ ਕੇ ਆਵਾਂਗੇ। ਸਤਿਗੁਰਾਂ ਨੇ ਹਾਂ ਕਰ ਦਿੱਤੀ। ਉਸ ਵੇਲੇ ਜਦੋਂ ਉੱਥੇ ਪਹੁੰਚੇ ਦੀਵਾਨ ਚੰਦੂ ਨੇ ਪੁੱਛਿਆ ਕਿੱਥੇ ਰਿਸ਼ਤਾ ਕਰਕੇ ਆਓ? ਕਹਿੰਦੇ ਜੀ ਕਿਤੇ ਵੀ ਨਹੀਂ ਲੱਗਾ, ਲੱਭਾ ਕੋਈ ਬੇਦਾਗ ਪਰਿਵਾਰ? ਇੱਕੋ ਇੱਕ ਪਰਿਵਾਰ ਲੱਭਾ। ਕਹਿੰਦਾ ਕਿਹੜਾ? ਕਹਿੰਦਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਗੱਦੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਹਰਗੋਬਿੰਦ ਸਾਹਿਬ, ਉਹ ਬਹੁਤ ਹੀ ਸਾਨੂੰ ਪਸੰਦ ਆਏ ਹਨ, ਅਸੀਂ ਗੱਲ ਕਰਕੇ ਆਏ ਹਾਂ, ਹੁਣ ਤੁਹਾਡੀ ਆਗਿਆ ਅਤੇ ਸ਼ਗਨ ਲੈ ਕੇ ਜਾਣਾ ਹੈ। ਉਸ ਵੇਲੇ ਦੀਵਾਨ ਚੰਦੂ ਇਹਦੀ ਗੱਲ ਜ਼ਬਾਨ ਵਿੱਚੋਂ, ਕਿਉਂਕਿ ਸਤਿਗੁਰਾਂ ਦਾ ਬਚਨ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਝੋਲਾ। ਜਦੋਂ ਮਨੁੱਖ ਕੋਲ ਮਾਇਆ ਕਿਸੇ ਤਰ੍ਹਾਂ ਵੀ ਆ ਜਾਵੇ ਉਸ ਨੂੰ ਆਪਣਾ ਆਪ ਕਈ ਵਾਰਾਂ ਭੁੱਲ ਜਾਂਦਾ ਹੈ, ਸਾਰਿਆਂ ਨੂੰ ਨਹੀਂ ਪਰ ਕਈ ਜਿਹੜੇ ਹਨ ਉਹ ਮੇਰੇ ਅਰਗੇ ਭੁੱਲ ਜਾਂਦੇ ਹਨ। ਇਹ ਕਹਿਣ ਲੱਗਾ ਅੱਛਾ, ਆਖਿਰਕਾਰ ਕਹਿੰਦਾ
ਸਾਧੂ ਸੁਭਾਅ ਅਤੇ ਸੰਗਤਾਂ ਦੇ ਟੁਕੜੇ, ਇਹਨਾਂ ਦੇ ਉੱਤੇ ਪੜਨ ਵਾਲਾ ਪਰਿਵਾਰ, ਉਹ ਕਹਿੰਦਾ ਕਿੱਥੇ ਮੈਂ ਅਤੇ ਕਿੱਥੇ ਗੁਰੂ ਨਾਨਕ ਦੀ ਗੱਦੀ, ਕਹਿੰਦਾ ਉਹ ਇੱਟ ਚਬਾਰੇ ਦੀ ਲਾ ਆਇਓ ਉਹ ਮੋਰੀ ਨੂੰ। ਅਤੇ ਉਸ ਵੇਲੇ ਉਸ ਦਰਬਾਰ ਵਿੱਚ ਸਿੱਖ ਗੁਰੂ ਕੇ ਸ਼ਰਧਾਵਾਨ ਵੀ ਬੈਠੇ ਸਨ, ਇਹਨਾਂ ਦੇ ਦਿਲ ਨੂੰ ਬਹੁਤ ਸੱਟ ਲੱਗੀ। ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਸੱਚਖੰਡੀ ਘਰ ਉਸ ਨੂੰ ਇਹ ਮੋਰੀ ਦੱਸਦਾ ਹੈ, ਆਪ ਚਬਾਰਾ ਬਣਦਾ ਹੈ ਜਿੱਥੇ ਜ਼ੁਲਮਾਂ ਦੇ ਨਾਲ ਮਾਇਆ ਇਕੱਠੀ ਹੋਈ ਹੈ। ਇਹਨਾਂ ਨੇ ਚਿੱਠੀ ਲਿਖੀ ਅਤੇ ਉਸ ਵੇਲੇ ਕਹਿਣ ਲੱਗੇ ਜੀ ਇਸ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ, ਇੱਧਰੋਂ ਰਿਸ਼ਤੇਦਾਰ ਜਿਹੜੇ ਹਨ ਨਾਈ ਅਤੇ ਪ੍ਰੋਹਤ ਰਿਸ਼ਤਾ ਦਾ ਸ਼ਗਨ ਲੈ ਕੇ ਤੁਰੇ, ਉੱਧਰੋਂ ਸਿੱਖ ਚਿੱਠੀ ਲੈ ਕੇ ਤੁਰੇ, ਇੱਧਰ ਸ਼ਗਨ ਦਾ ਸਮਾਂ ਮਿਸਿਆ ਹੋਇਆ ਸੀ ਗੱਲ ਬਲਕਾਈਏ। ਅਤੇ ਜਿਸ ਵੇਲੇ ਸ਼ਗਨ ਪਾਉਣ ਲੱਗੇ ਸਿੱਖਾਂ ਨੇ ਚਿੱਠੀ ਦਿੱਤੀ, ਸੰਗਤਾਂ ਨੇ ਪੜ੍ਹੀ, ਸੰਗਤਾਂ ਨੇ ਹੁਕਮ ਕੀਤਾ, ਕਹਿਣ ਲੱਗੇ ਕਿ ਅਸੀਂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਸਤਿਗੁਰਾਂ ਨੇ ਨਾਂਹ ਕਰ ਦਿੱਤੀ ਅਤੇ ਉਸ ਵੇਲੇ ਦੀਵਾਨ ਚੰਦੂ ਨੂੰ ਜਦੋਂ ਪਤਾ ਲੱਗਾ ਸਰ ਬਲ ਉੱਠਿਆ, ਕਹਿਣ ਲੱਗਾ ਮੈਂ ਬਾਦਸ਼ਾਹ ਦਾ ਵਜ਼ੀਰ ਹੋਵਾਂ, ਮੇਰੇ ਨਾਲ ਮੱਥਾ ਲਾ ਕੇ ਸੌਖਾ ਨਹੀਂ ਰਹੇਗਾ। ਇੱਧਰ ਪ੍ਰਿਥੀ ਚੰਦ ਜਿਸ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਪੁੱਤਰ ਮਿਹਰਬਾਨ ਨੂੰ ਗੱਦੀ ਦਾ ਕੋਈ ਮੌਕਾ ਨਹੀਂ ਹੈ ਅਤੇ ਹੁਣ ਤਾਂ ਦਿਨ ਬਸ ਸਾਡੇ ਉਜਾੜੇ ਦੇ ਹਨ, ਉਸ ਵੇਲੇ ਇਸ ਨੇ ਕੀ ਕੀਤਾ, ਕਹਿੰਦਾ ਹੁਣ ਚੱਲਦੇ ਹਾਂ, ਦੀਵਾਨ ਚੰਦੂ ਨੂੰ ਬਹਾਨਾ ਬਣਾਉਂਦੇ ਹਾਂ। ਦਿੱਲੀ ਪਹੁੰਚਾ ਦੀਵਾਨ ਚੰਦੂ ਦੇ ਨਾਲ ਮਿਲ ਕੇ, ਕਹਿਣ ਲੱਗਾ ਦੇਖ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਮੇਰਾ ਗੱਦੀ ਦਾ ਹੱਕ ਖੋਇਆ ਹੈ, ਦੂਸਰਾ ਤੇਰੀ ਲੜਕੀ ਦਾ ਰਿਸ਼ਤਾ ਮੋੜਿਆ ਹੈ, ਤੀਸਰਾ ਬਾਗੀ ਖੁਸਰੋ ਨੂੰ ਉਹਨਾਂ ਨੇ ਪਨਾਹ ਦਿੱਤੀ ਹੈ, ਇਸ ਬਹਾਨੇ ਆਪਾਂ ਜਹਾਂਗੀਰ ਨੂੰ ਆਪਣੇ ਵੱਲ ਕਰ ਸਕਦੇ ਹਾਂ ਅਤੇ ਆਪਣਾ ਸਾਰਿਆਂ ਦਾ ਦੁਸ਼ਮਣ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਹੈ, ਮੈਨੂੰ ਗੱਦੀ ਮਿਲ ਜਾਏਗੀ, ਤੇਰੀ ਧੀ ਦਾ ਰਿਸ਼ਤਾ ਹੋ ਜਾਏਗਾ, ਜਹਾਂਗੀਰ ਬਾਦਸ਼ਾਹ ਜਿਹੜਾ ਹੈ ਆਪਣੇ ਪੁੱਤਰ ਦੀ ਬਗਾਵਤ ਦਾ ਬਦਲਾ ਲੈ ਲਏਗਾ, ਆਪਾਂ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਆਪਾਂ ਦੁਸ਼ਮਣ ਦੇ ਨਾਲ ਇਹਦਾ ਲੋਹਾ ਲਈਏ। ਇਹ ਦੋਵੇਂ ਦੁਸ਼ਮਣ ਸਤਿਗੁਰੂ ਘਰ ਦੇ ਦੋਖੀ ਇਕੱਠੇ ਹੋ ਕੇ ਦਿੱਲੀ ਵਿੱਚ ਜੋ ਆਪਸ ਵਿੱਚ ਹੀ ਸਲਾਹਾਂ ਕਰਦੇ ਨੇ ਦਰਦ ਭਰੀਆਂ ਲੈਣਾ, ਇਹੋ ਬੇਨਤੀ ਕੀਤੀ ਜਾ ਰਹੀ ਸੁਣੀਏ ਜੀ। ਇਹ ਪ੍ਰਿਥੀ ਚੰਦ ਸੀ ਦਿੱਲੀ ਦੇ ਵਿੱਚ ਜਾ ਕੇ ਚੰਦੂ ਸ਼ਾਹ ਦੇ ਕੋਲ ਪੁੱਜਿਆ, ਹੱਸੇ ਮਿਲ ਕੇ ਦਿਲਾਂ ਦੇ ਦੋਵੇਂ ਜਾਣੀ, ਦਿਲਾਂ ਨੇ ਦਿਲਾਂ ਨੂੰ ਜਾਣਿਆ, ਵਧਗਦ ਪੁੱਤਰ ਵਗਾਨੇ ਖੁਸ਼ੀਆਂ ਨਗਾਰ ਦੇਣਗੇ, ਵਾਰ ਲੈ ਲਈਏ ਭਰਾਵਾ ਕੇ ਅਡੋ ਪਾਟੀ ਮਾਰ ਦੇ ਸੁਖੀਏ ਰਹਿ ਗਿਆ ਕੀਤਾ, ਉਸਨੇ ਜਗਤ ਨਾਲ ਧੋਖਾ ਮੇਰੀ ਗੱਦੀ ਉੱਤੇ ਬਹਿ ਗਿਆ, ਗਹਿਣੇ ਵਾਰਾ ਡਾਕੂ ਗੰਗਾ ਹੱਦ ਤਾਰ ਦੇਣਗੇ, ਵਾਰ ਲੈ ਲਈਏ ਭਰਾਵਾ ਰਲ ਕੇ ਅਡੋ ਪਾਟੀ ਮਾਰ ਦੇਣਗੇ, ਮੈਨੂੰ ਛੱਡ ਕੇ ਵਿਆਹ ਪੁੱਤ ਹੋਰ ਤਾਂ ਪੱਲੇ ਦੱਸ ਕੀਏ ਰਹਿ ਗਿਆ, ਉਹਦੇ ਲੱਛੜਾਂ ਨੇ ਗੱਲੋ ਹੈ ਵਿਗਾੜੀ, ਕੰਗਲੇ ਸ਼ਰੀਕ ਪੁੱਤਰੇ ਪਰਦਾ ਮੰਗਾ ਮਈਆ ਤਾਰਾ ਕਦੋਂ ਤੱਕ ਸਾਰ ਦੇਣਗੇ, ਵਾਰ ਲੈ ਲਈਏ ਭਰਾਵਾ ਰਲ ਕੇ ਅੱਡੋ ਪਾਟੀ ਮਾਰ ਦੇਣਗੇ, ਨਵਾਂ ਪੰਡ ਤੋਂ ਪੁਜਾਰੀ ਜਾਪੇ ਰੱਜਿਆ ਫੰਕਾਰੇ ਮਾਰੇ ਉਹ ਦੁਨੀਆ ਨੂੰ ਨੰਗ ਜਾਣਦਾ, ਥੋੜ ਜਿਵੇਂ ਪਾਟੂੜੇ ਤੋਂ ਮਾਰੇ ਇਤਰਾ ਨਖਾਰ ਦੇਣਗੇ, ਵਾਰੇ
ਚੱਲੀਏ ਪੜਾਵਾ ਰਲ ਕੇ ਗੰਗਾ ਸਾਡੀ ਬਾਣ ਦੇਣਗੇ ਵੱਡਾ ਮੈਂ ਸੰਗ ਦੀਦਾ ਕਹਿੰਦਾ ਮਾਲਕ ਮੱਲੋ ਮੱਲੀ ਬੈਠਾ ਮੱਲ ਕੇ ਜੱਗ ਪਿੰਡ ਦਾ ਸੁਣੇ ਨਾ ਕਹਿੰਦਾ ਕੋਈ ਪੁੱਛ ਲੋ ਜਸੂਸ ਕੱਲ ਕੇ ਸੱਚੇ ਪਾਤਸ਼ਾਹ ਦੀ ਬਾਬਤ ਇਹ ਤਿੰਨ ਦੁਸ਼ਮਣ ਇਕੱਠੇ ਹੋਏ ਜਿਹੜੇ ਸਿੱਖੀ ਨੂੰ ਵਾਦੀ ਫੁੱਲਦੀ ਨੂੰ ਦੇਖ ਨਹੀਂ ਸਕਦੇ ਤੇ ਉੱਧਰ ਕਾਜ਼ੀਆਂ ਤੇ ਮਲਾਣਿਆਂ ਨੇ ਚੁੱਕਣਾ ਚੁੱਕ ਚੁੱਕ ਕੇ ਇਹੋ ਜਿਹਾ ਬਾਦਸ਼ਾਹ ਨੂੰ ਪਹਿਲੇ ਖਿਲਾਫ਼ ਕੀਤਾ ਸੀ ਕਿਉਂਕਿ ਸਾਈ ਮੀਆਂ ਮੀਰ ਵਰਗੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਠੰਡ ਵਰਤਾਉਣ ਵਾਲੀ ਤੇ ਕਲਿਆਣ ਬਖਸ਼ਣ ਵਾਲੀ ਸੁਖਮਨੀ ਸਾਹਿਬ ਦੀ ਬਾਣੀ ਦੇ ਨਿਤਨੇਮੀ ਉਹ ਵੀ ਬਣ ਚੁੱਕੇ ਸਨ। ਬਹੁਤ ਸਾਰੇ ਵੱਡੇ ਵੱਡੇ ਮੀਰ ਤੇ ਪੀਰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਇਹਨਾਂ ਨੂੰ ਚੰਗੇ ਨਾ ਲੱਗੇ। ਉਸ ਵੇਲੇ ਪਿਰਥੀ ਚੰਦ ਨੇ ਪੱਗ ਵਟਾਈ ਦੀਵਾਨ ਚੰਦੂ ਨਾ ਇਹ ਜਹਾਂਗੀਰ ਕੋਲ ਜਾ ਕੇ ਇਹਨਾਂ ਨੇ ਤਿੰਨ ਨੇ ਗੌਂਦ ਗੁੰਦੀ ਕਿ ਕਿਸੇ ਨਾ ਕਿਸੇ ਤਰ੍ਹਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਸੱਦ ਕੇ ਨਾਲ ਇਹਨਾਂ ਨੇ ਬਹਾਨਾ ਲਾਇਆ। ਕਹਿਣ ਲੱਗੇ ਕਾਜ਼ੀਆਂ ਨੇ ਕਿਹਾ ਕਿ ਬਹੁਤ ਸਮੇਂ ਦਾ ਸਤਿਗੁਰੂ ਗੁਰੂ ਘਰ 84 ਪਿੰਡਾਂ ਦੀ ਜਾਇਦਾਦ ਦਾ ਮਾਮਲਾ ਜੋ ਅਕਬਰ ਬੀਬੀ ਭਾਨੀ ਜੀ ਦੇ ਨਾਮ ਪਟਾ ਲਿਖ ਕੇ ਦੇ ਕੇ ਗਿਆ ਸੀ ਉਸ ਨੂੰ ਵੀ ਇਹਨਾਂ ਨੇ ਇਹ ਬਣਾ ਲਿਆ ਵੀ ਇਹਨਾਂ ਨੇ ਹਾਲਾ ਨਹੀਂ ਦਿੱਤਾ, ਹਾਲਾ ਦੇਣ ਤੋਂ ਵੀ ਮੁਨਕਰ ਹਨ। ਉਹ ਵੀ 2-2.5 ਲੱਖ ਰੁਪਈਆ ਇਹਨਾਂ ਗੁਰੂ ਘਰ ਵੱਲ ਕੱਢਿਆ। ਇਹ ਬਹਾਨੇ ਬਣਾ ਕੇ ਬਾਦਸ਼ਾਹ ਜਹਾਂਗੀਰ ਦੌਰੇ ਉੱਤੇ ਲਾਹੌਰ ਆਇਆ, ਦੀਵਾਨ ਚੰਦੂ ਨੇ ਇੱਥੋਂ ਉਕਸਾਇਆ ਤੇ ਉਸ ਵੇਲੇ ਮੁਰਤਜ਼ਾ ਖਾਨ ਜਿਹੜਾ ਕਾਜ਼ੀ ਮਲਾਣਿਆਂ ਦਾ ਮੁਖੀ ਸੀ ਉਸ ਨੂੰ ਇਹਨਾਂ ਨੇ ਸੁਨੇਹਾ ਦੇ ਕੇ ਤੇ ਕਾਜ਼ੀਆਂ ਨੇ ਇਕੱਠਿਆਂ ਹੋ ਕੇ ਗੁਰੂ ਘਰ ਦੇ ਉੱਤੇ ਦੋਸ਼ ਬਣਾ ਕੇ ਬਾਗੀ ਖੁਸਰੋ ਦਾ ਕੇਸ, ਮਾਮਲਾ ਨਾ ਦੇਣ ਦਾ ਕੇਸ, ਦੀਵਾਨ ਚੰਦੂ ਦੀ ਲੜਕੀ ਦਾ ਕੇਸ ਤੇ ਪਿਰਥੀ ਚੰਦ ਨੂੰ ਉਹਨੇ ਆਪਣਾ ਹੱਕ ਦਿਵਾਉਣ ਵਾਸਤੇ ਪਰਚਾ ਦਿੱਤਾ ਕਿ ਮੇਰਾ ਹੱਕ ਗੱਦੀ ਦਾ ਬਣਦਾ ਸੀ, ਮੈਂ ਵੱਡਾ ਸੀ, ਮੇਰਾ ਹੱਕ ਖੋ ਕੇ ਬੈਠਾ ਹੈ। ਸਾਰੀਆਂ ਗੱਲਾਂ ਦਾ ਪਲੰਦਾ ਬਣ ਕੇ ਇਹਨਾਂ ਨੇ ਕਾਜ਼ੀਆਂ ਕੋਲ ਇਹ ਕੇਸ ਬਣਾਇਆ ਤੇ ਕਾਜ਼ੀਆਂ ਨੇ ਸਜ਼ਾ ਲਾਈ। ਉਸ ਵੇਲੇ ਬਾਯਾਸਾ ਉਹਨਾਂ ਸਮਿਆਂ ਦੇ ਵਿੱਚ ਇਸਲਾਮ ਦੇ ਰਾਜ ਵੱਲੋਂ ਇਹ ਸਜ਼ਾ ਹੁੰਦੀ ਸੀ, ਜਿਸ ਨੂੰ ਉਹ ਦੋਸ਼ੀ ਸਮਝਣ ਉਸ ਨੂੰ ਤਸੀਹੇ ਦੇ ਕੇ ਮਾਰਨਾ, ਉਸਦਾ ਪਰਿਵਾਰ ਜਿਹੜਾ ਹੈ ਉਹਨੂੰ ਤੰਗ ਕਰਕੇ ਘਰੋਂ ਕੱਢਣਾ ਤੇ ਘਰ ਬਾਰ ਜਿਹੜਾ ਉਹਦਾ ਤਬਾਹ ਕਰ ਦੇਣਾ। ਇਹ ਸਜ਼ਾ ਲਾ ਕੇ ਸੁਣਾ ਕੇ ਮੁਰਤਜ਼ਾ ਖਾਨ ਨੂੰ ਲਾਹੌਰ ਤੋਂ
ਕੁਝ ਨਾਲ ਸਿਪਾਹੀ ਦੇ ਕੇ ਭੇਜਿਆ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਬੰਨ ਕੇ ਲਿਆਉਣਾ, ਉਹਦੇ ਪਰਿਵਾਰ ਨੂੰ ਤੰਗ ਕਰਕੇ ਘਰੋਂ ਕੱਢਣਾ ਅਤੇ ਉਹਦਾ ਕਾਰੋਬਾਰ ਢਾਹ ਦੇਣਾ। ਜਦੋਂ ਇਹ ਹੁਕਮ ਲੈ ਕੇ ਮੁਰਤਜ਼ਾ ਖਾਨ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਆਇਆ, ਕੀ ਦੇਖਿਆ? ਗੁਰੂ ਕੇ ਸਿੱਖ ਜਿਵੇਂ ਆਪ ਗੁਰੂ ਕੀਆਂ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਚੜ੍ਹਦੀ ਕਲਾ ਵਾਲੇ ਨੌਜਵਾਨ ਸਿੱਖ ਬੱਚੇ ਬੱਚੀਆਂ ਬੀਬੀਆਂ ਬੜੇ ਸ਼ਰਧਾ ਦੇ ਨਾਲ ਬੈਠੇ ਨੇ, ਅਤੇ ਸਿੱਖ ਚੜ੍ਹਦੀ ਕਲਾ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਚੌਰ ਕਰ ਰਹੇ ਨੇ, ਕੋਈ ਖੱਬੇ ਕੋਈ ਸੱਜੇ ਸੇਵਾ ਕਰਦੇ ਨੇ। ਉਸ ਵੇਲੇ ਮੁਰਤਜ਼ਾ ਖਾਨ ਦਾ ਮਨ ਬਦਲ ਗਿਆ, ਇਹਦਾ ਮਨ ਜਿਹੜਾ ਅੱਗੇ ਹੰਕਾਰ ਵਿੱਚ ਆਇਆ ਸੀ ਉਹ ਡਰ ਵਿੱਚ ਬਦਲ ਗਿਆ, ਅਤੇ ਡਰਦਾ ਹੋਇਆ ਇਸ ਨੇ ਫਿਰ ਹੱਥ ਬੰਨੇ ਅਤੇ ਜਿਹੜਾ ਹੁਕਮ ਲੈ ਕੇ ਆਇਆ ਸੀ ਉਹ ਬੇਨਤੀ ਰੂਪ ਵਿੱਚ ਕਹਿਣ ਲੱਗਾ, ਮਹਾਰਾਜ ਤੁਹਾਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਬੁਲਾਇਆ ਹੈ, ਉਹ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ। ਸਤਿਗੁਰੂ ਜਾਣੀ ਜਾਣ, ਕਿਉਂਕਿ ਪਹਿਲੇ ਸਰੂਪ ਵਿੱਚ ਸਤਿਗੁਰਾਂ ਨੇ ਇਸੇ ਹੀ ਪਰਿਵਾਰ ਬਾਬਰ ਨੇ ਜਿਸ ਵੇਲੇ ਏਮਨਾਬਾਦ ਲੁੱਟੀ ਹੈ, ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗਰੀਬਾਂ ਦੀ ਸਹਾਇਤਾ ਕੀਤੀ, ਕੈਦੀਆਂ ਦੇ ਨਾਲ ਆਪ ਕੈਦ ਵਿੱਚ ਜਾ ਕੇ ਸਾਰੇ ਕੈਦੀਆਂ ਨੂੰ ਰਿਹਾਅ ਕਰਾਇਆ, ਅਤੇ ਉਸ ਵੇਲੇ ਬਾਦਸ਼ਾਹ ਬਾਬਰ ਡਰਦਾ ਹੋਇਆ ਸਤਿਗੁਰਾਂ ਨੂੰ ਭੇਟਾਵਾਂ ਭੇਟ ਕਰਦਾ ਹੈ, ਮਾਫ਼ੀ ਮੰਗਦਾ ਹੈ, ਰਾਜ ਦੀ ਸੁੱਖ ਸ਼ਾਂਤੀ ਮੰਗਦਾ ਹੈ। ਅਤੇ ਸਤਿਗੁਰਾਂ ਨੇ ਬਚਨ ਕਰਨੇ, ਜਿੰਨਾ ਚਿਰ ਧਰਮ ਦਾ ਰਾਜ ਕਰੋਗੇ ਉਹਨਾਂ ਚਿਰ ਚੱਲਦਾ ਰਹੇਗਾ, ਅਤੇ ਜਦੋਂ ਗੁਰੂ ਘਰ ਦੇ ਨਾਲ ਮੱਥਾ ਲਾਓਗੇ ਅਤੇ ਸਿਰ ਦੇ ਕੇ ਵੀ ਤੁਹਾਡਾ ਰਾਜ ਜਿਹੜਾ ਹੈ ਵਾਪਸ ਲੈ ਲਿਆ ਜਾਏਗਾ। ਇਹ ਵਚਨ ਕਮਾਉਣੇ ਸੰਤ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਲੱਗੇ ਰਹੇ। ਸਤਿਗੁਰਾਂ ਨੂੰ ਪਤਾ ਹੈ ਅਸੀਂ ਕੀ ਕਰਨਾ ਹੈ। ਮੇਰੇ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਮੁਰਤਜ਼ਾ ਖਾਨ ਨੂੰ ਮੋੜ ਕੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਗੁਰਦਾ ਦਾ ਇਸ਼ਾਰਾ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਵੱਲ ਕਰਕੇ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਖਰੀ ਇਸ਼ਨਾਨ ਉਸ ਪਵਿੱਤਰ ਸਰੋਵਰ ਜਿਸ ਦੀ ਨਿੰਦਿਆ ਬਹੁਤ ਹੀ ਨਿਕੰਮੇ ਬੰਦੇ ਕਰ ਰਹੇ ਹਨ, ਨਹੀਂ ਕਰਨੀ ਚਾਹੀਦੀ। ਜੇ ਉਹ ਹੀ ਕਰਦੇ ਆ ਤਾਂ ਸਾਨੂੰ ਸੁਣਨੀ ਨਹੀਂ ਚਾਹੀਦੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਰਸਤੇ ਵਿੱਚ ਸੰਗਤਾਂ ਨੂੰ ਉਤਾਰਦੇ ਹੋਏ ਲਾਹੌਰ ਪਹੁੰਚੇ ਨੇ। ਜਿਸ ਵੇਲੇ ਲਾਹੌਰ ਪਹੁੰਚੇ ਤੇ ਰਾਜਨੀਤਿਕ ਬੰਦੇ ਜਿਹੜੇ ਹੁੰਦੇ ਹਨ ਉਹ ਕਾਮ ਦਾਮ ਦੰਡ ਤੇ ਭੇਦ ਇਹ ਸਦਾ ਹੀ ਚਾਰ ਨੀਤੀਆਂ ਜਿਹੜੀਆਂ ਵਰਤਦੇ ਨੇ। ਬਾਦਸ਼ਾਹ ਨੇ ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਨਾਲ ਗੱਲਬਾਤ ਚਲਾਈ, ਕਾਜ਼ੀਆਂ ਨੇ ਆਪਣੀਆਂ ਆਪਣੀਆਂ ਗੱਲਾਂ ਕੀਤੀਆਂ, ਤੇ ਆਖਿਰਕਾਰ ਜਦੋਂ ਸਤਿਗੁਰਾਂ ਨੇ ਸਾਰੀਆਂ ਗੱਲਾਂ ਤੋਂ ਨਿਰੋਤਰ ਕੀਤਾ ਤੇ ਆਖਿਰਕਾਰ ਕਾਜ਼ੀ ਕਹਿਣ ਲੱਗੇ, ਤੁਸੀਂ ਗ੍ਰੰਥ ਜੋ ਰਚਿਆ ਹੈ ਉਸ ਵਿੱਚ ਇਸਲਾਮ ਦੀ ਤੁਹੀਨ ਕੀਤੀ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ, ਉਸ ਵਿੱਚ ਨਿਰੰਕਾਰ ਦਾ ਸੱਚੇ ਪਾਤਸ਼ਾਹ ਦਾ ਉਸ ਪਰਮੇਸ਼ਰ ਦਾ ਨਾਮ ਹੈ, ਕਿਸੇ ਦੀ ਨਿੰਦਿਆ ਨਹੀਂ ਹੈ। ਅਤੇ ਫਿਰ ਜਦੋਂ ਕੋਈ ਵੀ ਗੱਲ ਨਾ ਮੰਨੀ ਉਸ ਵੇਲੇ ਜਹਾਂਗੀਰ ਕਹਿਣ ਲੱਗਾ, ਜੀ ਉਸ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਮਹਾਰਾਜ ਕਹਿਣ ਲੱਗੇ, ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ, ਇਹ ਧੁਰੋਂ ਬਾਣੀ ਆਈ ਹੈ, ਇਹਦੇ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਕਹਿਣ ਲੱਗਾ, ਫਿਰ ਮੇਰਾ ਨਾਂ ਲਿਖ ਦਿਓ ਕਿ ਇਹ ਗ੍ਰੰਥ ਜੋ ਤਿਆਰ ਹੋਇਆ ਜਹਾਂਗੀਰ ਦੇ ਰਾਜ ਵਿੱਚ ਹੋਇਆ। ਸਤਿਗੁਰੂ ਕਹਿਣ ਲੱਗੇ, ਇਹ ਵੀ ਨਹੀਂ ਹੋ ਸਕਦਾ। ਕਾਜ਼ੀਆਂ ਨੇ ਸਲਾਹ ਦਿੱਤੀ ਜੀ, ਇਹਨਾਂ ਨੇ ਮਾਮਲਾ ਨਹੀਂ ਦਿੱਤਾ, ਉਹ ਵੀ ਇਹਨਾਂ ਸਿਰ ਜੁਰਮਾਨਾ ਬਣਦਾ ਹੈ ਅਤੇ ਤੁਹਾਡੀ ਕੋਈ ਵੀ ਗੱਲ ਨਹੀਂ ਮੰਨਦੇ, ਇਸ ਵਾਸਤੇ ਇਹਨਾਂ ਦੇ ਨਾਲ ਸਖਤਾਈ ਨਾਲ ਨਿਪਟਣਾ ਚਾਹੀਦਾ ਹੈ। ਬਾਕੀ ਖੁਸਰੋ ਨੇ ਜਦੋਂ ਬਗਾਵਤ ਕੀਤੀ ਹੈ ਇਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ, ਇਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਗਿਆ, ਇਹਨਾਂ ਨਾਲੇ ਉਸਨੂੰ ਪ੍ਰਸ਼ਾਦ ਪਾਣੀ ਛਕਾਇਆ ਹੈ, ਨਾਲੇ ਸੰਗਤਾਂ ਦੇ ਵਿੱਚੋਂ 5,000 ਦੀ ਅਮਦਾਦ ਕਰਾਈ ਹੈ, ਇਹ ਵੀ ਕੇਸ ਇਹਨਾਂ ਉੱਤੇ ਬਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਇਹ ਕੇਸ ਬਣਾ ਕੇ ਅਤੇ ਕਹਿਣ ਲੱਗੇ, 2,50,000 ਤੋਂ ਉੱਪਰ ਇਹਨਾਂ ਦਾ ਮਾਮਲਾ ਜਿਹੜਾ ਹੈ ਉਹ ਵੀ ਇਹਨਾਂ ਸਿਰ ਹੈ, ਉਹਨਾਂ ਦੇ ਕੋਲ ਲਿਆ ਨਹੀਂ, ਉਹ ਵੀ ਇਹਨਾਂ ਦਾ ਦੇਣਾ ਬਣਦਾ ਹੈ। ਇਹਨੇ ਨੂੰ ਦੀਵਾਨ ਚੰਦੂ ਹੁਣ ਦਾ ਆਪਣਾ ਲਾਉਣ ਵਾਸਤੇ ਕਹਿਣ ਲੱਗਾ, ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਮੈਂ ਨਿਪਟਾਰਾ ਕਰ ਲਵਾਂਗਾ, ਕਿਉਂਕਿ ਮੇਰੇ ਇਹਨਾਂ ਦੇ ਭਾਈ ਭਗਵਤ ਭਰਾ ਮੇਰੇ ਭਰਾ ਹਨ, ਅਤੇ ਮੈਂ ਪਿਰਥੀ ਚੰਦ ਦਾ ਜੋ ਉਸ ਦੇ ਮਾਮਲੇ ਹਨ ਉਹਨਾਂ ਵਿੱਚ ਵੀ ਇਹਨਾਂ ਨਾਲ ਗੱਲਬਾਤ ਕਰਾ ਕੇ ਤੁਹਾਡਾ ਮਾਮਲਾ ਜਿਹੜਾ ਸੁਲਝਾ ਦਿਆਂਗਾ। ਉੱਧਰ ਜਹਾਂਗੀਰ ਬਾਦਸ਼ਾਹ ਵੀ ਚਾਹੁੰਦਾ ਸੀ
ਕਿ ਕਿਸੇ ਨਾ ਕਿਸੇ ਤਰ੍ਹਾਂ ਤਰੀਕੇ ਦੇ ਨਾਲ ਗੁਣਤਬੰਦੀ ਇਹਨਾਂ ਦੀ ਸਾਰੀ ਪਹਿਲਾਂ ਹੀ ਸੀ, ਜਿਵੇਂ ਅੱਜ ਸਰਕਾਰਾਂ ਕਰਦੀਆਂ ਨੇ ਉਹਨਾਂ ਗੱਲਾਂ ਤੋਂ ਸਿੱਖਿਆ ਲੈਂਦੀਆਂ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਕਹਿੰਦਾ ਕਿ ਮੈਂ ਕਸ਼ਮੀਰ ਨੂੰ ਚੱਲਿਆ ਹਾਂ ਕਿਉਂਕਿ ਉੱਥੋਂ ਦੇ ਲੋਕ ਮਾਮਲਾ ਦੇਣ ਤੋਂ ਆਕੀ ਨੇ ਅਤੇ ਕਿਸੇ ਵੀ ਵਜ਼ੀਰ ਦੀ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ, ਮੈਨੂੰ ਉੱਧਰ ਜਾਣਾ ਪੈਣਾ। ਦੀਵਾਨ ਚੰਦੂ ਤੂੰ ਸਤਿਗੁਰਾਂ ਨੂੰ ਆਪਣੇ ਘਰ ਲੈ ਜਾ ਅਤੇ ਜੋ ਮਰਜ਼ੀ ਇਹਨਾਂ ਨਾਲ ਕਰਕੇ ਅਤੇ ਮਾਮਲਾ ਸੁਲਝਾ ਲਈ। ਇਸ਼ਾਰਾ ਸਤਿਗੁਰਾਂ ਨੂੰ ਖਤਮ ਕਰਨ ਦਾ ਸੀ। ਉਹ ਜਹਾਂਗੀਰ ਬਾਦਸ਼ਾਹ ਰਾਜਨੀਤਿਕ ਬੰਦਾ, ਰਾਜਨੀਤਿਕ ਜੋ ਕਹਿੰਦੇ ਨੇ ਉਹ ਕਰਦੇ ਨਹੀਂ, ਜੋ ਕਰਨਾ ਉਹ ਕਹਿੰਦੇ ਨਹੀਂ। ਇਹ ਮਾੜੀ ਨੀਤ ਦੇ ਨਾਲ ਦੀਵਾਨ ਚੰਦੂ ਨੂੰ ਇਸ਼ਾਰਾ ਕਰਕੇ ਕਸ਼ਮੀਰ ਨੂੰ ਤੁਰਨ ਲੱਗਾ। ਜੋ ਉਸ ਵੇਲੇ ਇਹ ਇਸ਼ਾਰਾ ਕਰਦਾ ਹੈ ਉਸ ਵੇਲੇ ਦੀਆਂ ਚੰਦ ਲੈਣਾ ਐਵੇਂ ਬੇਨਤੀ ਕੀਤੀ ਜਾ ਰਹੀ ਹੈ ਜੀ। ਇਹ ਜਹਾਂਗੀਰ ਬਾਦਸ਼ਾਹ ਜੀ ਲੱਗਾ ਤੁਰਨ ਜਵਲ ਕਸ਼ਮੀਰ ਗੋਲਕੀ ਨਗਰਾਨੀ ਦੀ ਕਰਦਾ ਚੰਦੂ ਨੂੰ ਤਕਰੀਰ। ਪੁਲ ਤੋਂ ਤੁਰਨ ਲੱਗਾ ਮੁੜ ਮੁੜੇ ਹੋ ਪੱਕੀ ਪਕਾਵੇ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਪਬਲਿਕ ਵਿੱਚ ਅਮਨ ਰਹੇ ਖਿੜੀਆਂ ਰਹਿਣ ਸਦਾ ਗੁਲਜ਼ਾਰਾਂ ਮੁਗਲਾਂ ਦੇ ਹਿੱਸੇ ਨੇ ਸਾਰੇ ਸੁੱਖ ਤੇ ਐਸ਼ ਬਹਾਰਾਂ। ਰਾਨੀ ਠੀਕ ਕਰੀ ਬਾਦਸ਼ਾਹ ਰਮ ਨੂੰ ਫਰਮਾਵੇ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਮੈਂ ਸੁਣਿਆ ਸਿੱਖਾਂ ਨੇ ਲੈ ਲੈ ਸ਼ਸਤਰ ਬਸਤਰ ਕੋੜੇ ਉਹ ਸਿਰ ਤੇ ਚੜ ਜਾਣਗੇ ਜੇ ਨਾ ਅੱਜ ਪਛਾਹ ਨੂੰ ਮੋੜੇ। ਕੋਰੋਨਾ ਨਿਪਟਣ ਦੀ ਡਿਊਟੀ ਚੰਦੂ ਸ਼ਾਹ ਦੀ ਲਾਵੇ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਚੋਰੀ ਦਾ ਪਤਾ ਕਰੋ ਮਗਰੋਂ ਡੰਨ ਮਨਾ ਸੁਖ ਦੇਣਾ ਸਭ ਹੀਲੇ ਕਰ ਲਈਏ ਭੱਜਣਾ ਰਣ ਚੋ ਮਰਦ ਨੂੰ ਮੇਣਾ। ਕੰਮ ਸੂਰ ਮੇਦਾ ਕਰਨ ਵਾਰ ਤੇ ਆਪ ਬਚਾਵੇ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਚੋ ਗਿਰਦੇ ਤਖਤਾਂ ਦੇ ਤਕੜੇ ਹੋ ਕਰ ਉਹ ਤਗੜਾਈਆਂ ਜੋ ਸਾਨੂੰ ਰੋਕਣਗੇ ਹਾਲ ਪੁੱਤ ਲਈ ਜੰਮੇ ਮਾਈਆਂ। ਝੰਡੇ ਨੂੰ ਵੇਖੀ ਹੱਥ ਕੋਈ ਨਾ ਪਾਵੇ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਮਨ ਮਰਜ਼ੀ ਕਰ ਲਈ ਤੂੰ ਸਾਰਾ ਕੰਮ ਹਵਾਲੇ ਤੇਰੇ ਮੈਂ ਰੱਦ ਕਰ ਦਿਆਂਗਾ ਗੱਲਾਂ ਕੋਲ ਜੇ ਪੁੱਜੀਆਂ ਮੇਰੇ। ਕੋਈ ਐਸਾ ਦਗਵਰ ਤੋ ਜਿਸ ਦੀ ਸਮਝ ਕੋਈ ਨਾ ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਆਖਿਰ ਕੇ ਚੰਦੂ ਨੂੰ ਤੂੰ ਕਰ ਆਪਣੇ ਗੁਰਾਂ ਨੂੰ ਲੈ ਜਾ ਬਈ ਕਰ ਆਪਣੇ ਗੁਰਾਂ ਨੂੰ ਲੈ ਜਾ ਵੇਖੀ ਤੂੰ ਹਾਰੀ ਨਾ ਜਾਣ ਜਿੱਤ ਜੇ ਡਟ ਕੇ ਬਹਿ ਜਾ। ਅਸਲੀ ਅੰਦਰ ਦੀ ਸ਼ਾਦਾ ਗੱਲ ਕਹਿਣ ਉਹ ਸ਼ਰਮਾਵੇ ਮੈਂ ਛੇਤੀ ਵੇਖੀ ਦੇਸ਼ ਵਿਗੜ ਨਾ ਜਾਵੇ। ਰਾਜਨੀਤਿਕ ਬੰਦਾ ਇਹ ਇਸ਼ਾਰਾ ਕਰਕੇ ਚਲਿਆ ਗਿਆ ਤੇ ਦੂਸਰੇ ਪਾਸੇ ਦੀਵਾਨ ਚੰਦੂ
ਹੋਰ ਡਰਾਮਾ ਕਰਨ ਵਾਸਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਲਈ ਲੈ ਕੇ ਜਾਣ ਲਈ ਪਾਲਕੀ ਮੰਗਵਾਈ। ਪਾਲਕੀ ਵਿੱਚ ਬਹਾਲ ਕੇ ਚਾਰ ਬੰਦਿਆਂ ਤੋਂ ਪਾਲਕੀ ਜਗਾ ਕੇ ਆਪਣੀ ਹਵੇਲੀ ਵੱਲ ਲੈ ਤੁਰਿਆ। ਹਵੇਲੀ ਵਿੱਚ ਸਤਿਗੁਰਾਂ ਦੀ ਪਾਲਕੀ ਦਾ ਉਤਾਰਾ ਕਰਕੇ ਸਤਿਗੁਰਾਂ ਨੂੰ ਅੰਦਰ ਲਿਜਾਣ ਦਾ ਇਸ਼ਾਰਾ ਕੀਤਾ ਅਤੇ ਪੰਜ ਸਿੱਖਾਂ ਨੂੰ ਡੇੜੀ ਦੇ ਵਿੱਚੋਂ ਹੀ ਵੱਖਰੇ ਕਰ ਲਿਆ। ਕਹਿਣ ਲੱਗਾ ਮੈਂ ਸਤਿਗੁਰਾਂ ਦੇ ਨਾਲ ਵੱਖਰੀ ਗੱਲ ਕਰਨੀ ਹੈ, ਤੁਹਾਡੇ ਨਾਲ ਬਾਹਰ ਦੇ ਵਿੱਚ ਗੱਲਬਾਤ ਕੀਤੀ ਜਾਏਗੀ। ਵਿਖਾਵਾ ਅਤੇ ਡਰਾਮਾ ਰਾਜਨੀਤਿਕ ਬੜੇ ਬੰਦੇ ਕਰਦੇ ਨੇ, ਕੇਸ ਕੋਈ ਬਣਾਉਣਾ ਅਤੇ ਪਾਉਣਾ ਕੋਈ, ਅੱਜ ਵੀ ਸਿੱਖਾਂ ਦੇ ਉੱਤੇ ਚੱਲਦਾ, 84 ਤੋਂ ਲੈ ਕੇ ਚੱਲ ਰਿਹਾ ਹੈ। ਜੋ ਧਰਮ ਯੁੱਧ ਮੋਰਚਾ ਸਾਡਾ ਸ਼ੁਰੂ ਹੋਇਆ ਉਹ ਅਜੇ ਖਤਮ ਨਹੀਂ ਹੋਇਆ, ਇਸੇ ਤਰ੍ਹਾਂ ਹੀ ਚੱਲੇਗਾ। ਵਧਾ ਅਤੇ ਚੜ੍ਹਾਅ, ਜਿਹੜੇ ਚੜ੍ਹਾਅ ਦੇ ਘਟਾ ਆਉਂਦੇ ਰਹਿੰਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ ਹੈ। ਕੇਸ ਚੱਲਦੇ ਨੇ, ਕੁਝ ਵੀਰਾਂ ਦੀ ਰਿਹਾਈ ਹੈ ਪਰ ਕੁਝ ਵੀਰਾਂ ਦੀ ਅਜੇ ਤੱਕ ਵੀ ਕੋਈ ਸੁਣਵਾਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਖੰਡ ਕਰਦਾ ਹੋਇਆ ਪਾਲਕੀ ਵਿੱਚ ਬਹਾਲ ਕੇ ਇਹ ਕਮਰੇ ਵਿੱਚ ਲੈ ਗਿਆ। ਸੁੰਦਰ ਪਲੰਗ ਦੇ ਉੱਤੇ ਬਹਾਲ ਕੇ ਆਪ ਦੀਵਾਨ ਚੰਦੂ ਨੀਵੇਂ ਥਾਂ ਬੈਠਾ, ਰਾਜਨੀਤਿਕ ਬੰਦੇ ਨੀਵੇਂ ਥਾਂ ਬੈਠ ਕੇ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰ ਜੀ ਜੋ ਕੁਝ ਤੁਹਾਡੇ 'ਤੇ ਕੇਸ ਬਣੇ ਨੇ, ਤੁਹਾਡਾ ਹਰਜਾਨਾ ਉਹ ਵੀ ਮੈਂ ਨਿਪਟਾ ਦਿਆਂਗਾ, ਤੁਹਾਡੇ ਉੱਤੇ ਬਾਦਸ਼ਾਹ ਦੀ ਕਰੋਪੀ ਉਹ ਵੀ ਮੈਂ ਪਾਸੇ ਕਰਵਾ ਦਿਆਂਗਾ, ਅਤੇ ਪਿਰਥੀ ਚੰਦ ਦਾ ਪਰਚਾ ਜਿਹੜਾ ਉਹਨੇ ਦਿੱਤਾ ਵੀ ਮੇਰਾ ਭਰਾ ਨਾਲ ਹੱਕ ਖੋਲਿਆ, ਜੇ ਮੇਰੀ ਗੱਲ ਕਰਨ ਮੰਨੋ ਮੈਂ ਉਹ ਵੀ ਰੱਦ ਕਰਾ ਦਿਆਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤ ਚਿੱਤ ਸੁਣੀ ਜਾਂਦੇ ਨੇ। ਇਹ ਦੱਸੀ ਗਿਆ ਆਖਿਰ ਵਿੱਚ, ਕਹਿੰਦਾ ਸਤਿਗੁਰ ਤੁਸਾਂ ਨੇ ਮੇਰੀ ਲੜਕੀ ਦੇ ਰਿਸ਼ਤੇ ਨੂੰ ਨਾ ਕਹਿ ਕੇ ਮੈਨੂੰ ਅਤੇ ਮੇਰੀ ਬੱਚੀ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ, ਮੈਂ ਅੱਜ ਵੀ ਸੜ ਰਿਹਾ ਹਾਂ, ਅਜੇ ਵੀ ਤੁਸੀਂ ਹਾਂ ਕਰ ਦਿਓ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਨੂੰ ਦੀ ਨਿੰਦਿਆ ਕੀਤੀ ਹੈ, ਇਸ ਕਰਕੇ ਤੇਰੇ ਘਰ ਦਾ ਰਿਸ਼ਤਾ ਜਿਹੜਾ ਸੰਗਤਾਂ ਨੇ ਮੋੜਿਆ ਕਦੇ ਵੀ ਉਹ ਦੁਬਾਰਾ ਹੋ ਨਹੀਂ ਸਕਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੋ, ਇੱਕ ਸਿੱਖਿਆ ਮਿਲਦੀ ਹੈ ਇੱਥੋਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੇ ਆਪ ਨੂੰ ਕਸ਼ਟਾਂ ਵਿੱਚ ਪਾਉਣ ਵਾਸਤੇ ਤਿਆਰ ਨੇ, ਪਰ ਸੰਗਤਾਂ ਦੀ ਕਹੀ ਹੋਈ ਗੱਲ ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਨਿੰਦਿਆ ਜਿਹੜੀ ਹੈ ਉਹ ਨਹੀਂ ਸਹਾਰ ਰਹੇ, ਜਿਹੜਾ ਅੱਜ ਸਾਡਾ ਫਰਜ਼ ਬਣਦਾ ਹੈ। ਜਿਹੜੇ ਅੱਜ ਸਾਡੇ ਵਿਰੋਧੀਆਂ ਦੇ ਹੱਥਾਂ ਵਿੱਚ ਆ ਕੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ, ਦਸਵੇਂ ਪਾਤਸ਼ਾਹ ਦੀ ਬਾਣੀ ਦੀ ਨਿੰਦਿਆ, ਇਤਿਹਾਸ ਦੀ ਅਤੇ ਗੁਰੂ ਕੀ ਮਰਿਆਦਾ ਦੀ, ਪੰਜਾਂ ਕਕਾਰਾਂ ਦੀ ਰਹਿਤ ਦੀ ਜਿਹੜੇ ਲੋਕ ਨਿੰਦਿਆ ਕਰ ਰਹੇ ਨੇ, ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ, ਉਹਨਾਂ ਨਾਲ ਵੀ ਨਿਪਟਣਾ ਅਤੇ ਕਿੱਦਾਂ ਮਿਲਣਾ ਵਰਤਣਾ ਸਾਨੂੰ ਥੋੜ੍ਹਾ ਜਿਹਾ ਸਮਝ ਕੇ ਚੱਲਣਾ ਪਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਂਹ ਕੀਤੀ ਅਤੇ ਦੀਵਾਨ ਚੰਦੂ ਉੱਠ ਕੇ ਖੜ ਗਿਆ। ਕਹਿਣ ਲੱਗਾ, ਸਤਿਗੁਰ ਤੁਸੀਂ ਮੇਰੀ ਤਾਕਤ ਨਹੀਂ ਜਾਣਦੇ, ਅਤੇ ਜਾਣੀ ਜਾਣ ਸੱਚੇ ਪਾਤਸ਼ਾਹ ਮਹਾਰਾਜ ਚੰਦੂ ਕੀ ਇੱਦਾਂ ਦੇ ਲੱਖਾਂ ਕੀ ਕਰੋੜਾਂ ਚੰਦੂਆਂ ਦੀ ਤਾਕਤ ਸਤਿਗੁਰੂ ਸੱਚੇ ਪਿਤਾ ਪਹਿਲਾਂ ਹੀ ਜਾਣਦੇ ਨੇ। ਉਹ ਕਹਿਣ ਲੱਗੇ, ਦੀਵਾਨਾ ਤੇਰੀ ਅਤੇ ਸਾਡੀ ਗੱਲ ਬਣਨੀ ਨਹੀਂ, ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਨਿੰਦਕ ਹੈ, ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਸੇਵਾਦਾਰ ਹਾਂ, ਉਹਨਾਂ ਦੇ ਵਾਰਸ ਹਾਂ, ਇਸ ਵਾਸਤੇ ਰਿਸ਼ਤਾ ਤੇਰਾ ਅਤੇ ਸਾਡਾ ਨਹੀਂ, ਹੋਰ ਜੋ ਤਿਆਰੀ ਹੈ ਕਰਨੀ ਚਾਹੀਦੀ ਹੈ। ਦੀਵਾਨ ਚੰਦੂ ਨੇ ਸਖਤੀ ਵਿੱਚ ਆਣ ਕੇ ਚੰਗੀ ਰੇਤਾ ਦਾ ਢੇਰ ਤੱਤਾ ਕਰਵਾਉਂਦਾ ਹੈ, ਅਤੇ ਗਰਮੀਆਂ ਦੇ ਜੇਠ ਦੇ ਦਿਨ ਸਨ ਅੱਜ ਕੱਲ੍ਹ ਦੇ, ਗੁਰੂ ਕੇ ਸਿੱਖੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀ ਰੇਤਾ ਦੇ ਉੱਤੇ ਨੰਗੇ ਪੈਰੀਂ ਤੋਰਨਾ, ਸਿੱਖਾਂ ਨੂੰ ਥੰਮਾਂ ਦੇ ਨਾਲ ਬੰਨਣਾ, ਸਿੱਖ ਥੰਮਾਂ ਨਾਲ ਬੱਝੇ ਨੇ, ਮੇਰੇ ਪੰਜਵੇਂ ਪਾਤਸ਼ਾਹ ਤੱਤੇ ਰੇਤਾ ਉੱਤੇ ਤੁਰ ਰਹੇ ਨੇ। ਫਿਰ ਵਾਰ ਵਾਰ ਪੁੱਛਦਾ, ਮਹਾਰਾਜ ਰਿਸ਼ਤਾ ਪ੍ਰਵਾਨ ਕਰੋ। ਸਤਿਗੁਰੂ ਕਹਿੰਦੇ, ਨਹੀਂ, ਜੋ ਇੱਕ ਵਾਰੀ ਬਚਨ ਕੀਤਾ ਉਹ ਅਟਲ ਹੈ। ਉਸ ਤੋਂ ਉਪਰੰਤ ਪਾਣੀ ਤੱਤਾ ਕਰਕੇ ਕਹਿਣ ਲੱਗਾ, ਜੇ ਮੇਰੀ ਗੱਲ ਨਹੀਂ ਮੰਨਣੀ ਦੇਗ ਦੇ ਵਿੱਚ ਆਸਣ ਲਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿ ਕਰਤਾਰ ਕਹਿ ਕੇ ਦੇਗ ਵਿੱਚ ਬੈਠੇ, ਸੇਕ ਸ਼ੁਰੂ ਹੋਇਆ।
ਜਿਵੇਂ ਜਿਵੇਂ ਪਾਣੀ ਤੱਤਾ ਹੁੰਦਾ ਨਾਲ ਨਾਲ ਦੀਵਾਨ ਚੰਦੂ ਕਹਿਣ ਲੱਗਾ, ਮਹਾਰਾਜ ਅਜੇ ਵੀ ਸਮਾਂ ਹੈ, ਜੇ ਮੇਰੀ ਤੁਸੀਂ ਗੱਲ ਮੰਨ ਲਓ ਇਹ ਅੱਗ ਬੁੱਝ ਸਕਦੀ ਹੈ, ਸੇਕ ਕੱਢ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸਾਡੀ ਗੱਲ ਬਦਲਣੀ ਨਹੀਂ। ਆਖਿਰਕਾਰ ਅੱਗ ਬਾਲਦਿਆਂ ਬਾਲਦਿਆਂ ਪਾਣੀ ਨੇ ਉਬਾਲਾ ਖਾਧਾ, ਇਸ ਉਬਾਲੇ ਤੋਂ ਵੱਧ ਹੁਣ ਇਹਨੂੰ ਤੱਤਾ ਨਹੀਂ ਕਰ ਸਕਦਾ। ਸਤਿਗੁਰੂ ਫਿਰ ਸ਼ਾਂਤ ਚਿਰ ਬੈਠੇ ਤੇ ਕਹਿੰਦਾ, ਜੇ ਹੁਣ ਵੀ ਨਹੀਂ ਮੰਨਣਾ ਤੇ ਨਿਕਲੋ ਦੇਖ ਦੇ ਵਿੱਚੋਂ ਬਾਹਰ, ਦੇਖ ਚੋਂ ਕੱਢ ਕੇ ਬਾਹਰ। ਤੱਤੀ ਲੋਹ ਦੇ ਉੱਤੇ ਮੇਰੇ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਜ਼ਾਲਮ ਪਾਪੀ ਨੇ ਬਿਠਾਲ ਦਿੱਤਾ, ਹੁਣ ਲੋਹ ਦੇ ਥੱਲੇ ਅੱਗ ਬਲਦੀ ਹੈ। ਮੇਰੇ ਸਤਿਗੁਰੂ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਭਾਣਾ ਮੰਨਦੇ ਨੇ ਤੇ ਫਿਰ ਬਾਰ ਬਾਰ ਚੰਦੂ ਪੁੱਛ ਰਿਹਾ ਹੈ, ਸਤਿਗੁਰ ਅਜੇ ਵੀ ਮੰਨ ਜਾਓ? ਸਤਿਗੁਰੂ ਕਹਿਣ ਲੱਗੇ, ਜੋ ਇੱਕ ਵਾਰੀ ਵਚਨ ਕੀਤਾ ਹੈ ਸੰਗਤਾਂ ਦਾ ਵਚਨ ਅਟਲ ਹੈ। ਇਹਨੇ ਗੁਰਦਿੱਤਾ ਭੜਭੂੰਜਾ ਸੱਦਿਆ, ਉਸ ਨੂੰ ਆਖਿਆ, ਉਹ ਦਾਣੇ ਭੁੰਨਣ ਵਾਲਿਆ ਰੇਤਾ ਲਾਲ ਕਰਕੇ ਸਤਿਗੁਰਾਂ ਦੇ ਸੀਸ ਵਿੱਚ ਪਾ। ਜਦੋਂ ਸਤਿਗੁਰਾਂ ਦੇ ਸੀਸ ਵਿੱਚ ਰੇਤਾ ਪੈਂਦੀ ਹੈ, ਰਾਤ ਪੈ ਗਈ, ਦੀਵਾਨ ਚੰਦੂ ਦੀ ਨਹੁੰ ਜਿਹੜੀ ਸੀ ਉਹਨੂੰ ਪਤਾ ਲੱਗਾ ਸਿੱਖ ਪਰਿਵਾਰ ਵਿੱਚੋਂ ਸੀ, ਉਹ ਛੰਨਾ ਚੂਰੀ ਦਾ ਲੈ ਕੇ ਆਈ ਹੈ, ਕਿਉਂਕਿ ਦੀਵਾਨ ਚੰਦੂ ਨੇ ਸਤਿਗੁਰਾਂ ਨੂੰ ਇਹ ਗੱਲ ਸੁਣਾਈ। ਕਹਿਣ ਲੱਗੇ, ਮਹਾਰਾਜ ਇੱਕ ਪਲ ਆਰਾਮ ਕਰੋਗੇ ਲੱਖ ਰੁਪਈਆ ਲੱਗੇਗਾ, ਇੱਕ ਪਾਣੀ ਦੀ ਘੁੱਟ ਮੰਗੋਗੇ ਪੀਓਗੇ ਲੱਖ ਰੁਪਈਆ ਚਾਰਜ ਕਰਾਂਗੇ ਲਵਾਂਗਾ, ਜੇ ਇੱਕ ਬੁਰਕੀ ਰੋਟੀ ਦੀ ਖਾਓਗੇ ਤੇ ਲੱਖ ਰੁਪਈਆ ਜਿਹੜਾ ਹੈ ਤੇਰੇ ਤੋਂ ਲਿਆ ਜਾਏਗਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾਂ ਦੀ ਗੂੜੇ ਪਸੀਨੇ ਦੀ ਕਮਾਈ ਨਾ ਆਰਾਮ ਵਾਸਤੇ, ਨਾ ਖਾਣ ਵਾਸਤੇ, ਨਾ ਪੀਣ ਵਾਸਤੇ ਤੇਰੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਪਾਵਾਂਗੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭੁੱਖੇ ਤੇ ਪਿਆਸੇ ਕੱਟ ਸਹਾਰ ਰਹੇ ਨੇ। ਇਹ ਗੱਲ ਦੀਵਾਨ ਚੰਦੂ ਦੀ ਨਹੁੰ ਨੂੰ ਪਤਾ ਲੱਗਾ, ਉਹ ਛੰਨਾ ਚੂਰੀ ਦਾ ਕੁੱਟ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੱਧੀ ਰਾਤ ਦਾ ਸਮਾਂ ਸੀ, ਜਦੋਂ ਕਿ ਪਹਿਰੇਦਾਰ ਪਹਿਰੇ ਲੱਗੇ ਹੋਏ ਸਨ। ਉਹਨਾਂ ਪਹਿਰੇ ਵਾਲਿਆਂ ਨੂੰ ਹੁਕਮ ਸੀ ਵੀ ਕਿਸੇ ਨੂੰ ਵੀ ਅੰਦਰ ਆਉਣ ਨਹੀਂ ਦੇਣਾ। ਪਹਿਰੇ ਵਾਲਿਆਂ ਨੇ ਉਸ ਦੀਵਾਨ ਚੰਦੂ ਦੀ ਨਹੁੰ ਨੂੰ ਰੋਕਿਆ ਤੇ ਉਸ ਨੇ ਆਪਣੇ ਤਨ ਦੇ ਗਹਿਣੇ ਲਾ ਕੇ ਮੇਰੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ। ਪਹਿਰੇਦਾਰ ਨੂੰ ਕੀ ਕਹਿ ਰਹੀ ਹੈ, ਦਰਦ ਭਰੀਆਂ ਲੈਣਾ, ਐਵੇਂ ਬੇਨਤੀ ਕੀਤੀ ਜਾ ਰਹੀ। ਅੱਧੀ ਰਾਤ ਤੇ ਕੋਪਾ ਨੇਰਾ ਨੋ ਚੰਦੂ ਦੀ ਆਈ, ਕੌਣ ਇਸ ਤਰ੍ਹਾਂ ਆਖਣ ਲੱਗਿਆ ਪੈਰੇ ਵਾਲਾ ਪਾਈ। ਪਰਤ ਹੈ ਹੁਕਮ ਚੰਦੂ ਦਾ ਮੈਂ ਨਹੀਂ ਉਹ ਪਰਤਾਉਣਾ, ਲੈ ਵੇ ਵੀਰਾ ਗਹਿਣੇ ਲੈ ਮੈਂ ਦਸ ਗੁਰਾਂ ਦਾ ਪਾਉਣਾ। ਲੰਘ ਜਾਣ ਦੇ ਮੈਨੂੰ ਦੁੱਖ ਤੋਂ ਡਰਦਾ ਭੱਜਿਆ ਫਿਰਦਾ ਜਿਸਮ ਕਨੇ ਤੇ ਲਾਉਣਾ, ਲੈ ਵੇ ਵੀਰਾ ਗਹਿਣੇ ਲੈ ਮੈਂ ਦਸ ਗੁਰਾਂ ਦਾ ਪਾਉਣਾ। ਭੁੱਲੀ ਜੇ ਮੈਂ ਨੋ ਚੰਦੂ ਦੀ ਤੇਰੀ ਮਿਹਨਤ ਗੁਜ਼ਾਰਾ, ਵੇ ਵੀ ਆ ਸੁੱਖ ਮਾਣੀ ਬਹੁਤਾ ਦਮੜੇ ਮਿਲਣਾ ਹਜ਼ਾਰਾ। ਫੁੱਲ ਗੁਲਾਬੀ ਵਰਗਾ ਜੁੱਸਾ ਅਗਨੀ ਭੇਟ ਚੜਾਉਣਾ, ਲੈ ਵੇ ਵੀਰਾ ਗਹਿਣੇ ਲੈ ਮੈਂ ਦਰਸ਼ ਗੁਰਾਂ ਦਾ ਪਾਉਣਾ। ਗਹਿਣੇ ਮੇਰੇ ਵਿੱਚ ਵੱਟ ਕੇ ਕਰਦਾ ਰਹੀ ਗੁਜ਼ਾਰਾ, ਜੋ ਖਾਂਦੇ ਨੇ ਖੌਬ ਖੁਦਾ ਦਾ ਤਰਦੇ ਸਮਝਾਉਣਾ, ਲੈ ਵੇ ਵੀਰਾ ਗਹਿਣੇ ਲੈ ਮੈਂ
ਦਸ ਗੁਰਾਂ ਦਾ ਪੌੜਾ ਪਹਿਰੇਦਾਰ ਨੂੰ ਦੇ ਕੇ ਦਰਵਾਜ਼ਾ ਖਿਲਾ ਲਿਆ, ਮੇਰੇ ਸਤਿਗੁਰਾਂ ਦੇ ਦਰਸ਼ਨ ਕੀਤੇ। ਕਦੇ ਜਦੋਂ ਬੱਚੀ ਆਪਣੇ ਮਾਪਿਆਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀ ਸੀ, ਉਸ ਵੇਲੇ ਕੋਈ ਸਰੂਪ ਹੋਰ ਸੀ, ਅਤੇ ਇਸ ਵੇਲੇ ਤੱਤੀ ਰੇਤਾ 'ਤੇ ਤੁਰਨਾ, ਦੇਗ ਵਿੱਚ ਉੱਬਲਣਾ, ਲੋਹ 'ਤੇ ਬੈਠਣਾ ਅਤੇ ਸੀਸ ਉੱਤੇ ਤੱਤੀ ਰੇਤਾ ਪੈਣੀ, ਚੋਲਾ ਅਤੇ ਦਸਤਾਰ ਲਹਾਈ ਹੋਈ ਸੀ ਮੇਰੇ ਸਤਿਗੁਰਾਂ ਦੀ, ਅਤੇ ਉਸ ਵੇਲੇ ਉਹ ਸਰੂਪ ਜਿਹੜਾ ਸੀ ਉਹਦੇ ਸਿਰ ਦੇ ਕੇਸ, ਦਾੜੇ ਦੇ ਕੇਸ, ਜਿਸਮ ਦਾ ਇੱਕ ਇੱਕ ਰੋਮ ਜਿਹੜਾ ਸੀ ਤੱਤੀ ਰੇਤਾ ਨੇ ਝਾੜ ਦਿੱਤਾ ਸੀ, ਸਰੀਰ ਛਾਲੇ ਛਾਲੇ ਹੋਇਆ, ਤਾਂ ਨਿਕਲ ਗਈ। ਕਹਿਣ ਲੱਗੀ, ਮਹਾਰਾਜ ਆਹ ਮੇਰੀ ਸੇਵਾ ਪ੍ਰਵਾਨ ਕਰੋ। ਸਤਿਗੁਰ ਕਹਿਣ ਲੱਗੇ, ਅਸੀਂ ਵਚਨ ਕੀਤਾ ਇਸ ਚੰਦੂ ਦੇ ਘਰ ਦਾ ਕੋਈ ਛਕਣਾ ਨਹੀਂ, ਅਤੇ ਇਸ ਨੇ ਆਖਿਆ, ਕਹਿਣ ਲੱਗੇ ਜੇ ਮੇਰੀ ਸੇਵਾ ਨਹੀਂ ਪ੍ਰਵਾਨ ਕਰਨੀ ਤਾਂ ਮੈਂ ਵੀ ਫਿਰ ਇਸ ਪਾਪੀ ਦੇ ਘਰ ਨਹੀਂ ਰਹਿਣਾ, ਮੈਂ ਵੀ ਅੱਗ ਦੇ ਵਿੱਚ ਆਪਣੇ ਆਪ ਨੂੰ ਸਾੜ ਕੇ ਮਰ ਜਾਵਾਂਗੀ। ਸਤਿਗੁਰੂ ਕਹਿੰਦੇ, ਇੱਦਾਂ ਨਹੀਂ, ਸਮਾਂ ਆਵੇਗਾ ਤੂੰ ਵੀ ਉੱਥੇ ਚਲੇ ਜਾਏਗੀ, ਤੂੰ ਵੀ ਇਸ ਘਰ ਦੇ ਵਿੱਚੋਂ ਚਲੇ ਗਏ, ਤੈਨੂੰ ਵੀ ਲੈ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਕਮਾ ਕੇ ਵਾਪਸ ਗਈ। ਸਵੇਰ ਹੋਈ, ਮੀਆਂ ਮੀਰ ਸਾਈਂ ਆਇਆ ਹੈ, ਜਿਸ ਨੂੰ ਵੀ ਰੋਕਿਆ ਗਿਆ, ਪਰ ਉਹਦੀ ਚੱਲਦੀ ਸੀ ਸਰਕਾਰੀ ਦਰਬਾਰੇ, ਕਿਉਂਕਿ ਜਹਾਂਗੀਰ ਇਸ ਪੀਰ ਨੂੰ ਮੰਨਦਾ ਸੀ, ਮੱਥਾ ਟੇਕ ਕੇ ਮਹਿਮਾਂ 'ਤੇ ਜਾਂਦਾ ਸੀ। ਉਹਨੇ ਧੱਕਾ ਮਾਰਿਆ, ਦਰਵਾਜ਼ਾ ਖੋਲ੍ਹਿਆ, ਮੇਰੇ ਸਤਿਗੁਰਾਂ ਦੇ ਦਰਸ਼ਨ ਕੀਤੇ। ਕਦੇ ਹਰਿਮੰਦਰ ਸਾਹਿਬ ਆਣ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਬਾਣੀ ਸਰਵਣ ਕਰਦਾ, ਅਤੇ ਬਾਣੀ ਸੁਣਦਿਆਂ ਸੁਣਦਿਆਂ ਕਦੇ ਇਸਨੇ ਇਹ ਬਚਨ ਸੁਣੇ ਸਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬ੍ਰਹਮ ਗਿਆਨੀ ਦੇ ਲੱਛਣ ਜਿਹੜੇ ਸਨ ਸੁਖਮਨੀ ਸਾਹਿਬ 'ਚ ਉਹਨੇ ਪੜ੍ਹੇ, ਅਤੇ ਕਹਿਣ ਲੱਗਾ, ਮਹਾਰਾਜ ਕੋਈ ਆਹ ਜੋ ਬਾਣੀ ਲਿਖੀ ਹੈ ਇਸ ਤਰ੍ਹਾਂ ਦਾ ਕੋਈ ਹੋ ਵੀ ਸਕਦਾ ਹੈ? ਅਤੇ ਸਤਿਗੁਰੂ ਕਹਿਣ ਲੱਗੇ, ਸਮਾਂ ਆਉਣ 'ਤੇ ਤੈਨੂੰ ਉੱਤਰ ਦਿਆਂਗੇ। ਅੱਜ ਜਦੋਂ ਸਤਿਗੁਰਾਂ ਦੇ ਸਰੀਰ 'ਤੇ ਛਾਲੇ ਹਨ ਅਤੇ ਸਿਰ ਦੇ ਕੇਸ ਤੱਤੀ ਰੇਤਾ ਨੇ ਝਾੜੇ ਹੋਏ ਹਨ, ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਕਹਿਣ ਲੱਗਾ, ਸਤਿਗੁਰ ਆਹ ਕਸ਼ਟ ਸਹਾਰ ਰਹੇ ਹੋ? ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੀਆਂ ਮੀਰ ਸਾਈਂ ਜੀ, ਤੁਸਾਂ ਨੇ ਕਿਸੇ ਵੇਲੇ ਕਿਸੇ ਪੰਕਤੀ ਦੇ ਅਰਥ ਪੁੱਛੇ ਸਨ, ਉਹ ਅਸੀਂ ਆਪਣੇ ਸਰੀਰ ਦੇ ਉੱਤੇ ਹੰਢਾ ਕੇ ਉਸ ਅਰਥਾਂ ਦਾ ਤੈਨੂੰ ਗਿਆਨ ਕਰਾ ਰਹੇ ਹਾਂ। ਹੱਥ ਜੁੜ ਗਏ ਸਾਈਂ ਮੀਆਂ ਮੀਰ ਦੇ, ਅਤੇ ਉਸ ਨੇ ਆਗਿਆ ਮੰਗੀ, ਮਹਾਰਾਜ ਹੁਕਮ ਦਿਓ, ਮੈਂ ਦਿੱਲੀ ਅਤੇ ਲਾਹੌਰ ਦੀ ਤਾੜੀ ਵਜਾ ਦਿਆਂ, ਰਾਜ ਗਰਖ ਕਰਦਿਆਂ। ਸਤਿਗੁਰੂ ਕਹਿਣ ਲੱਗੇ, ਉੱਪਰ ਪਰਮੇਸ਼ਰ ਦੀ ਦਰਗਾਹ ਵੱਲ ਵੇਖ। ਉੱਪਰ ਵੇਖਿਆ, ਇੰਦਰ ਦੇਵਤਾ, ਸੂਰਜ ਦੇਵਤਾ, ਪਾਣੀ ਦੇਵਤਾ, ਵਸੰਤਰ ਦੇਵਤਾ ਹੱਥ ਜੋੜ ਕੇ ਖੜੇ ਨੇ, ਆਗਿਆ ਮੰਗ ਰਹੇ ਨੇ, ਪਰ ਸਤਿਗੁਰੂ ਕਿਸੇ ਨੂੰ ਆਗਿਆ ਨਹੀਂ ਦੇ ਰਹੇ, ਅਤੇ ਇਹ ਉੱਤੇ ਤੱਤੀਲੋ 'ਤੇ ਬੈਠੇ ਪੜ੍ਹ ਰਹੇ ਨੇ, ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ, ਨਾਨਕ ਮਾਗਾ ਦੀ ਬਾਣੀ ਜਦੋਂ ਇਸਨੇ ਸੁਣੀ, ਇਹਦਾ ਚਿੱਤ ਸ਼ਾਂਤ ਹੋਇਆ, ਇਹ ਵਾਪਸ ਗਿਆ। ਦੀਵਾਨ ਚੰਦੂ ਆਉਂਦਾ ਹੈ, ਅਤੇ ਦੀਵਾਨ ਚੰਦੂ ਨੇ ਆਣ ਕੇ ਕੋਲੇ ਹੋ ਕੇ ਫਿਰ ਗੁੱਸੇ ਵਿੱਚ ਕਿਹਾ, ਮਹਾਰਾਜ ਅਜੇ ਵੀ ਮੰਨ ਜਾਓ? ਸਤਿਗੁਰੂ ਕਹਿਣ ਲੱਗੇ, ਨਹੀਂ। ਅਤੇ ਉਸ ਵੇਲੇ ਨੇ ਆਖਰੀ ਦਬਕਾ ਜਿਹੜਾ ਹੁੰਦਾ ਹੈ, ਕਹਿੰਦਾ, ਸਤਿਗੁਰ ਤੁਹਾਨੂੰ ਪਤਾ ਨਹੀਂ, ਮੈਂ ਮਰੀ ਹੋਈ ਗਊ ਦੀ ਤਾਜ਼ੀ ਖੱਲ ਲਹਾ ਕੇ
ਉਸ ਖਲ ਵਿੱਚ ਮੜ ਕੇ ਸੀ ਕੇ ਤੁਹਾਡਾ ਸਰੀਰ ਧੁੱਪ ਵਿੱਚ ਸੁੱਟਾਂਗਾ, ਤੇ ਜਦੋਂ ਧੁੱਪ ਵਿੱਚ ਸੁੱਟਾਂਗਾ ਜਦੋਂ ਧੁੱਪ ਦੇ ਨਾਲ ਉਹ ਚਮੜਾ ਜਿਹੜਾ ਸੁੱਕੇਗਾ ਤੇ ਉਹਨੂੰ ਕੱਸ ਪਵੇਗੀ, ਉਹਦੀ ਘੁੱਟ ਵਿੱਚ ਤੁਸੀਂ ਤਸੀਹੇ ਸਹਿ ਕੇ ਇਸ ਸੰਸਾਰ ਤੋਂ ਜਾਓਗੇ, ਤੁਸੀਂ ਮੇਰੇ ਗੁੱਸੇ ਨੂੰ ਨਹੀਂ ਜਾਣਦੇ। ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤ ਚਿੱਤ। ਬਸ ਲੋਕੀ ਜਿਹੜੇ ਨੇ ਅੱਜ ਕਈ ਕਹਿੰਦੇ ਨੇ ਵੀ ਸਤਿਗੁਰਾਂ ਨੇ ਸ਼ਕਤੀ ਨਹੀਂ ਦਿਖਾਲੀ, ਗੁਰੂ ਕੇ ਸਿੱਖੋ ਜਿਹੜੀ ਸ਼ਕਤੀ ਮੇਰੇ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਸਿੱਖਿਆ ਦੇ ਕੇ ਦਿਖਾਲੀ ਹੈ, ਉਹ ਦੁਨੀਆਂ 'ਤੇ ਨਾ ਕੋਈ ਪਹਿਲੋਂ ਦਿਖਾਲ ਸਕਿਆ, ਨਾ ਅੱਜ, ਅਤੇ ਨਾ ਹੀ ਗਾਂਹ ਆਵੇਗਾ। ਤੱਤੀ ਦੇ ਪਾਣੀ ਵਿੱਚ ਉਬਾਲਾ ਖਾ ਜਾਣਾ, ਤੱਤੀ ਲੋਹ ਦੇ ਉੱਤੇ ਬੈਠਣਾ ਅਤੇ ਤੱਤੀ ਰੇਤਾ ਸਿਰ ਦੇ ਵਿੱਚ ਪੈਣੀ, ਇੰਨਾ ਕੁਛ ਤੱਤਾ ਹੋਵੇ ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਹਿਰਦਾ ਠੰਡਾ ਹੋਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸਤਿਗੁਰੂ ਕਹਿਣ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨ ਮੰਗੈ, ਇਹ ਸੀ ਸਭ ਤੋਂ ਵੱਡੀ ਸ਼ਕਤੀ। ਅਤੇ ਸਤਿਗੁਰੂ ਸੱਚੇ ਪਿਤਾ ਜੀ ਨੂੰ ਕਹਿਣ ਲੱਗਾ, ਫਿਰ ਹੁਣ ਮੈਂ ਤੁਹਾਨੂੰ ਛੱਡਣਾ ਨਹੀਂ ਕੋਈ ਆਖਰੀ ਖਾਸ, ਉੱਥੇ ਇਤਿਹਾਸ ਦੇ ਜੋ ਬਚਨ ਆਏ ਹਨ ਸਤਿਗੁਰਾਂ ਨੇ ਕਿਹਾ ਰਾਵੀ ਇਸ਼ਨਾਨ ਕਰਨਾ ਹੈ। ਇਹ ਦੀਵਾਨ ਚੰਦੂ ਦੇ ਮਨ ਵਿੱਚ ਵੀ ਆਈ, ਇੰਨੇ ਦਿਨਾਂ ਦੇ ਮੈਂ ਸਿੱਖਾਂ ਨਾਲ ਮਿਲਣ ਨਹੀਂ ਦਿੱਤੇ, ਸ਼ਾਇਦ ਹੋ ਸਕਦਾ ਹੈ ਸਿੱਖ ਸਲਾਹ ਕਰਕੇ ਅਤੇ ਸਤਿਗੁਰਾਂ ਨੂੰ ਕੋਈ ਨਾ ਕੋਈ ਸਲਾਹ ਦੇਣ ਅਤੇ ਮੇਰੀ ਗੱਲ ਮੰਨ ਜਾਣ। ਉਸ ਵੇਲੇ ਇਹਨੇ ਆਖਿਆ ਠੀਕ ਹੈ, ਸਿਪਾਹੀ ਨਾਲ ਜਾਣਗੇ, ਛੇਤੀ ਆ ਜਾਣਾ। ਸਿੱਖਾਂ ਨੂੰ ਆਗਿਆ ਹੋਈ, ਗੁਰੂ ਕੇ ਸਿੱਖ ਜਿਹੜੇ ਸਤਿਗੁਰਾਂ ਦੇ ਆਸਰੇ ਚੱਲਦੇ ਸਨ, ਉਹਨਾਂ ਨੇ ਮੇਰੇ ਸਤਿਗੁਰ ਨੂੰ ਮੋਢਾ ਦੇ ਕੇ ਅਤੇ ਉੱਪਰ ਚਾਦਰਾ ਦੇ ਕੇ, ਖਾਲਸਾ ਜੀ ਰਾਵੀ ਲਾਗੇ ਹੀ ਵਗਦੀ ਸੀ, ਰਾਵੀ ਵੱਲ ਨੂੰ ਲੈ ਤੁਰੇ। ਮੇਰੇ ਸਤਿਗੁਰੂ ਰਾਵੀ ਦੇ ਕੰਢੇ ਜਾ ਕੇ ਜਿਸ ਵੇਲੇ ਆਸਣ ਕੀਤਾ, ਜਪਜੀ ਸਾਹਿਬ ਦਾ ਪਾਠ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਰਕੇ ਅਤੇ ਹੁਕਮ ਦਿੱਤੇ, ਕਹਿਣ ਲੱਗੇ ਦਿੱਲੀ ਦੇ ਤਖ਼ਤ ਨੇ ਗੁਰੂ ਕੇ ਘਰ ਦੇ ਉੱਤੇ ਵਾਰ ਕੀਤਾ, ਇਸ ਦੇ ਮੁਕਾਬਲੇ ਤਖ਼ਤ ਦੀ ਸਿਰਜਣਾ ਕਰਨੀ ਹੈ, ਸਾਡੇ ਲਾਲ ਨੂੰ ਸ਼ਸਤਰਧਾਰੀ ਬਣਾਉਣਾ ਹੈ। ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਗਿਆ ਕੀਤੀ ਅਤੇ ਸਰੀਰ ਜਿਹੜਾ ਹੈ, ਕਹਿਣ ਲੱਗੇ ਸਾਡਾ ਜਲ ਪ੍ਰਵਾਹ ਕਰ ਦੇਣਾ, ਅਸਾਂ ਹੁਣ ਸੱਚਖੰਡ ਚਲੇ ਜਾਣਾ ਹੈ, ਜਿੰਨੀ ਜ਼ਿੰਮੇਵਾਰੀ ਸਾਡੀ ਡਿਊਟੀ ਲੱਗੀ ਹੈ ਉਹ ਭੁਗਤਾ ਕੇ ਅਸੀਂ ਚਲੇ ਜਾਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਇਹ ਹੁਕਮ ਕਰ ਰਹੇ ਨੇ। ਉੱਧਰ ਦੀਵਾਨ ਚੰਦੂ ਘਰੋਂ ਤੁਰਿਆ, ਕਾਫੀ ਸਮਾਂ ਹੋ ਗਿਆ ਸਤਿਗੁਰੂ ਆਏ ਨਹੀਂ, ਇਹਨੇ ਘਰੋਂ ਪੈਰ ਪੱਟੇ ਥੋੜ੍ਹਾ ਦੂਰ ਗਿਆ, ਉੱਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਜਿਹੜਾ ਹੈ ਇਸ ਲੇਖੇ ਲਾ ਦਿੱਤਾ, ਕੁਰਬਾਨੀ ਕਰ ਦਿੱਤੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ। ਉੱਧਰ ਦੀਵਾਨ ਚੰਦੂ ਨੂੰ ਪਿੱਛੋਂ ਘਰੋਂ ਆਵਾਜ਼ ਪਈ, ਇਹਦੀ ਨੌਂ ਵੀ ਚਾਦਰਾ ਲੈ ਕੇ ਪਈ, ਉਹ ਚੜ੍ਹਾਈ ਕਰ ਗਈ, ਇਹ ਚੰਦੂ ਇੱਥੇ ਵਾਪਸ ਚਲਿਆ ਗਿਆ। ਸਤਿਗੁਰੂ ਕੇ ਸਿੱਖਾਂ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੀਰ ਜਲ ਪ੍ਰਵਾਹ, ਜੋ ਕਵੀ ਸੰਤੋਖ ਸਿੰਘ ਜੀ ਹੋਣਾ ਨੇ ਕਥਾ ਲਿਖੀ ਹੈ, ਜਲ ਪ੍ਰਵਾਹ ਕਰਕੇ ਵਾਪਸ ਮੁੜੇ ਅਤੇ ਵਾਪਸ ਮੁੜੇ ਆਉਂਦਿਆਂ ਗੁਰੂ ਕੇ ਸਿੱਖ ਭਾਈ ਪੈੜਾ ਜੀ, ਭਾਈ ਮੋਖਾ ਜੀ, ਭਾਈ ਲੰਗਾਹਾ ਜੀ ਅਤੇ ਭਾਈ ਬਿਰੀ ਚੰਦ ਜੀ, ਭਾਈ ਜੇਠਾ ਜੀ, ਇਹ ਸਲਾਹਾਂ ਕਰਦੇ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਜੋ ਕੁਝ ਆਪਾਂ ਦੇਖਿਆ ਸਤਿਗੁਰਾਂ ਨੇ ਪੁੱਛਣਾ ਹੈ, ਬਾਬਾ ਬੁੱਢਾ ਸਾਹਿਬ ਨੇ ਪੁੱਛਣਾ, ਮਾਤਾ ਗੰਗਾ ਜੀ ਪੁੱਛਣਗੇ ਕਿ ਤੁਸੀਂ ਸਤਿਗੁਰਾਂ ਦੇ ਨਾਲ ਗਏ ਸੀ, ਸਤਿਗੁਰੂ ਵਾਪਸ ਨਹੀਂ ਆਏ, ਕੀ ਭਾਣਾ ਵਰਤਿਆ ਹੈ। ਬਾਬਾ ਜੇਠਾ ਜੀ ਕਹਿੰਦੇ ਮੇਰੇ ਕੋਲੋਂ ਦੱਸਿਆ ਨਹੀਂ ਜਾਣਾ, ਭਾਈ ਲੰਗਾਹਾ ਜੀ ਕਹਿੰਦੇ ਮੇਰੇ ਕੋਲੋਂ ਵੀ ਦੱਸਿਆ ਨਹੀਂ ਜਾਣਾ, ਭਾਈ ਪੈੜਾ ਅਤੇ ਮੋਖਾ ਜੀ ਕਹਿਣ ਲੱਗੇ ਸਾਡੇ ਕੋਲੋਂ ਜੋ ਦੁੱਖ ਦੇਖਿਆ ਹੈ ਸਾਤੋਂ ਦੱਸਿਆ ਨਹੀਂ ਜਾਣਾ, ਕਿਉਂਕਿ ਦੁੱਖ ਦੀ ਵਾਰ ਤਾਂ ਹਰ ਨਹੀਂ ਦੱਸ ਸਕਦਾ। ਹੁਕਮ ਹੋਇਆ, ਕਹਿਣ ਲੱਗੇ ਬਾਬਾ ਬਿਰੀ ਚੰਦ ਜੀ, ਤੁਸੀਂ ਇਹ ਜੋ ਕੁਝ ਦੇਖਿਆ ਹੈ ਤੁਸੀਂ ਇਹ ਦੱਸਿਓ। ਸਤਿਗੁਰੂ ਕੇ ਪਿਆਰੇ ਸੱਤ ਬਚਨ ਕਹਿ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਤੁਰੇ, ਅਤੇ ਉਹਨਾਂ ਸਮਿਆਂ ਵਿੱਚ ਪਰਿਕਰਮਾ ਨਹੀਂ ਸਨ ਹੁੰਦੀਆਂ, ਦੂਰੋਂ ਜਦੋਂ ਪੰਜ ਸਿੱਖ ਆਉਂਦੇ ਦੇਖੇ ਅਤੇ ਸੰਗਤਾਂ ਟਿੱਕੀ ਲਾ ਕੇ ਉੱਥੇ ਬੈਠੀਆਂ ਸਨ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਤਾਰ ਰਹੇ ਸਨ, ਛੇਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ 10 ਤੋਂ 11 ਦੇ ਵਿੱਚ ਉਮਰ ਹੈ, ਉਸ ਵੇਲੇ ਸਤਿਗੁਰੂ ਬਾਲ ਚੋਜ ਕਰਦੇ ਹੋਏ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਬਾਬਾ ਬਿਰੀ ਚੰਦ, ਬਾਬਾ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਪੈੜਾ ਅਤੇ ਮੋਖਾ, ਗੁਰੂ ਕੇ ਪੰਜ ਸਿੱਖ ਉੱਥੇ ਪਹੁੰਚੇ। ਬਾਬਾ ਬਿਰੀ ਚੰਦ ਦੇ ਗਲ ਵਿੱਚ ਪਰਨਾ ਹੈ, ਅੱਖਾਂ ਵਿੱਚ ਹੰਝੂ ਹਨ, ਜੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਬਰ ਦੀ ਹੱਦ ਦਿਖਾ ਲਈ,
ਤੇ ਜੋ ਭਾਣਾ ਵਰਤਾਇਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਅਮਰ ਕਥਾ, ਬਹਾਦਰ ਬਾਬਾ ਬਿਧੀ ਚੰਦ ਜੀ ਨੇ ਸੰਗਤਾਂ ਨੂੰ, ਗੁਰੂ ਸਾਹਿਬਾਂ ਨੂੰ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਜਿਵੇਂ ਦੱਸੀ, ਇਹ ਕਹਿ ਕੇ 2 ਮਿੰਟ ਵਿੱਚ ਤੇ ਹੁਕਮ ਹੋਇਆ ਹੈ ਵੀ ਜਾਗੋ ਜਿਹੜੀ ਹੈ ਉਹ ਵੀ ਸੁਣਾਉਣੀ ਹੈ। ਬਸ ਇਸ ਸ਼ਹੀਦੀ ਤੋਂ ਬਾਅਦ ਫਿਰ ਸਿੱਖਾਂ ਨੂੰ ਜਾਗੋ ਜੋ 6ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ੀ, ਜੋ 10ਵੇਂ ਪਾਤਸ਼ਾਹ ਨੇ ਬਖਸ਼ੀ, ਜੋ ਚੰਦੂ ਦੇ ਉੱਤੇ ਜਾਗੋ ਪਈ, ਜੋ ਇੰਦਰਾ ਗਾਂਧੀ ਤੇ ਲਲਿਤ ਮਾਕਨ ਤੇ ਅਰਜਨ ਤੇ ਦਾਸ ਤੇ ਵੈਦਿਆ ਦੇ ਉੱਤੇ ਪਈ, ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਜਾਗਰਤੀ ਨੌਜਵਾਨਾਂ 'ਚ ਭਰੀ, ਉਹ ਆਪਾਂ ਇੱਕ ਕਵਿਤਾ ਕਹਿ ਕੇ ਸਮਾਪਤੀ ਕਰਾਂਗੇ। ਆਓ ਪਿਆਰ ਨਾਲ ਸੁਣੋ, ਬਾਬਾ ਬਿਧੀ ਚੰਦ ਜੀ ਸਤਿਗੁਰੂ 5ਵੇਂ ਪਾਤਸ਼ਾਹ ਮਹਾਰਾਜ ਉੱਤੇ ਹੋਇਆ ਹੋਇਆ ਕਹਿਰ, ਅੱਖਾਂ ਵਿੱਚ ਜਲ ਜੁੜੇ ਹੋਏ ਹੱਥ ਤੇ ਗਲ ਵਿੱਚ ਪਰਨਾ ਪਾ ਕੇ, ਜੋ ਮੇਰੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਦੀ ਅਮਰ ਕਥਾ ਸੁਣਾ ਰਹੇ ਨੇ, ਦਰਦ ਭਰੀਆਂ ਲੈਣਾ, ਐਵੇਂ ਬੇਨਤੀ ਕੀਤੀ ਜਾ ਰਹੀ। ਇਹ ਗਲ ਪੱਲਾ ਤੇ ਨੈਣਾ ਵਿੱਚ ਨੀਰ ਭਰਿਆ, ਬਿਧੀ ਚੰਦ ਜੀ ਗੁਰਾਂ ਨੂੰ ਕਹਿਣ ਚੱਲੇ, 6ਵੇਂ ਸਤਿਗੁਰੋ ਦੱਸਣੇ ਬੜੇ ਔਖੇ, ਜੋ ਜੋ 5ਵੇਂ ਗੁਰਾਂ ਨੇ ਕਹਿਰ ਚੱਲੇ। ਵੇਖੀ ਹੈ ਜ਼ੁਲਮ ਵਾਲੀ ਮੁਗਲ ਰਾਜ ਨੇ ਕਹਿ ਗੁਜ਼ਾਰਿਆ ਏ, 5ਵੇਂ ਗੁਰਾਂ ਨੇ ਸ਼ਹਿਰ ਲਾਹੌਰ ਅੰਦਰ, ਪਾਪੀ ਜਨੂ ਦਾ ਕਹਿ ਸਹਾਰਿਆ ਏ। ਅਸੀਂ ਪੁੱਜੇ ਜਾ ਵਿੱਚ ਲਾਹੌਰ ਅੰਦਰ, ਜਹਾਂਗੀਰ ਤੇ ਕਾਜ਼ੀ ਮੋਲ ਵੀ ਸ਼ਰਾ ਦੇ ਪੱਕੇ ਮੁਗਲਾਣਿਆਂ ਨੇ, ਤਾ ਚੰਦੂ ਦਾ ਖੁਸਰੋ ਦੀ ਹੋਈ ਮਾਦਰ, ਦੋਛੀ ਗੁਰਾਂ ਨੂੰ ਉਲਾਮ ਉਤਾਰਿਆ ਏ, 5ਵੇਂ ਗੁਰਾਂ ਨੇ ਸ਼ਹਿਰ ਲਾਹੌਰ ਅੰਦਰ, ਪਾਪੀ ਚੰਦੂ ਦਾ ਕੇਸ ਦਾਣਿਆਂ ਵਾਂਗਰ ਪੁੰਨ ਦਿੱਤੇ,
ਰੋਮ ਰੋਮ ਸਰੀਰ ਦਾ ਛਾੜ ਦਿੱਤਾ। ਚੰਦੂ ਚੰਦਰੇ ਅਜੇ ਨਾ ਸਮਰ ਕੀਤਾ, ਮਾਰੋ ਖਲ ਵਿੱਚ ਮਰ ਕੇ ਫੁੰਗਾਰਿਆ ਪੰਚਮ ਗੁਰਾਂ ਨੇ ਸ਼ਹਿਰ ਹੋਰੀ ਅੰਦਰ ਪਾਪੀ ਚੰਦੂ ਦਰਸ਼ਨ ਗੁਰਾਂ ਦੇ ਕਰਨ ਨੂੰ ਆਈ ਉੱਥੇ ਪਹਿਰੇਦਾਰ ਨੂੰ ਰਿਸ਼ਵਤ ਲਈ ਦੇ ਗਹਿਣੇ। ਦਰਸ਼ਨ ਗੁਰਾਂ ਦੇ ਕਰਨ ਲਈ ਧਾਈ ਉੱਥੇ ਅਮੀਰ ਨੇ ਦਰਸ਼ ਕਰ ਅਰਜ ਕੀਤੀ, ਰਾਜ ਗਰਕ ਕਰ ਦਿਆ ਪੁਕਾਰ ਆਏ ਪੰਚਮ ਗੁਰਾਂ ਨੇ ਸ਼ਹਿਰ ਮਗਰੋਂ ਪਾਣਾ ਵਰਤਾਉਣ ਦਾ ਆਖਿਆ ਸੀ। ਅਸੀਂ ਰਾਵੀ ਇਸ਼ਨਾਨ ਕਰ ਚਲੇ ਜਾਣਾ, ਕੌਤਕ ਕਰਨ ਦੀ ਇਹੋ ਵਿਆਖਿਆ ਸੀ। ਸ਼ਸਤਰ ਪਹਿਨਣ ਤਖਤ ਬਣਾਉਣ ਵਾਲਾ ਆਪਣੇ ਲਾਲ ਲਈ ਹੁਕਮ ਪ੍ਰਚਾਰ ਆਏ ਪੰਚਮ ਗੁਰਾਂ ਨੇ ਸ਼ਹਿਰ ਸਾਖੀ ਗੁਰਾਂ ਦੀ ਸੁਣ ਲਈ ਉਦਾਸ ਸਿੱਖਾਂ। ਸਰਤਾਲ ਸ਼ਹੀਦਾਂ ਦੇ ਸਾਹਿਬ ਮੇਰੇ ਪੱਥੜੇ ਸੰਗਤਾਂ ਤਾਈ ਸਰਕਾਰ ਆਏ ਪੰਚਮ ਗੁਰਾਂ ਨੇ ਸ਼ਹਿਰ ਲੋਰੀ ਅੰਦਰ ਪਾਪੀ ਚੰਦੂ ਦਾ ਗਰਵਾ ਸਹਾਰ ਆਏ ਪਾਪੀ ਚੰਦੂ ਦਾ ਜੋ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਬਾਬਾ ਬਿਧੀ ਚੰਦ ਜੀ ਨੇ ਕਈ ਹਰ ਸਿੱਖ ਦੇ ਅੱਖਾਂ ਵਿੱਚੋਂ ਹੰਝੂ ਸਨ, ਪਰ ਜੋ ਸਤਿਗੁਰਾਂ ਨੇ ਹੁਕਮ ਕੀਤੇ ਸਾਰੇ ਹੁਕਮ ਗੁਰੂ ਕੇ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੇ ਪੂਰਨੇ ਪਾਏ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਦਾ ਤਿਲਕ, ਮੀਰੀ ਅਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਅਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨੀ, ਅਤੇ ਸਿਰਜਣਾ ਕਰਕੇ ਮੇਰੇ ਚੋਜੀ ਪ੍ਰੀਤਮ ਨੇ ਪੌਣੇ 11 ਸਾਲ ਦੀ ਉਮਰ ਵਿੱਚ ਇਹ ਬਚਨ ਕਹਿਣੇ ਕਿ ਜੇ ਅਸੀਂ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਕਾਤਲਾਂ ਕੋਲੋਂ ਬਦਲਾ ਹੱਕ ਨਾ ਲਈਏ, ਜਿੰਨੇ ਪਾਪ ਚੋਰ ਨੂੰ, ਜਿੰਨੇ ਪਾਪ ਝੂਠੇ ਨੂੰ, ਝੂਠ ਬੋਲਣ ਵਾਲੇ ਨੂੰ, ਜਿੰਨੇ ਪਾਪ ਅਕਿਰਤ ਘਣ ਨੂੰ ਲੱਗਦੇ ਨੇ, ਉਹਨੇ ਪਾਪ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਜੀ ਦਾ ਹੱਕ ਨਾ ਲਈਏ। ਇਹ ਸਿੱਖਿਆ ਸਾਡੇ 'ਤੇ ਵੀ ਹੈ। ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ ਨੇ, ਬੇਅਦਬੀ ਕਰਦੇ ਨੇ,
ਉਹਨਾਂ ਤੋਂ ਹੱਕ ਲੈਣਾ ਸਾਡੇ ਸਿੱਖਾਂ ਦਾ ਵੀ ਫਰਜ਼ ਬਣਦਾ, ਭਾਵੇਂ ਉਹ ਕੋਈ ਪੁਲਿਸ ਵਿੱਚ ਹੈ ਵੀਰ, ਭਾਵੇਂ ਕਿਸੇ ਅਹੁਦੇ ਦੇ ਉੱਤੇ ਹੈ, ਅਤੇ ਭਾਵੇਂ ਆਪਾਂ ਸਿੱਖ ਹਾਂ, ਬਣਦਾ ਯੋਗਦਾਨ ਆਪਾਂ ਨੂੰ ਵੀ ਪਾਉਣਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਜਿਹੜੇ ਦਸਮ ਦੀ ਬਾਣੀ ਨੂੰ ਨਕਾਰਦੇ ਨੇ ਅਤੇ ਉਲਟ ਪ੍ਰਚਾਰ ਕਰਦੇ ਨੇ, ਉਹਨਾਂ ਨਾਲ ਕਿਵੇਂ ਨਿਪਟਣਾ ਹੈ ਇਹ ਸਾਨੂੰ ਵੀ ਸੋਚਣਾ ਚਾਹੀਦਾ ਹੈ, ਕਿਵੇਂ ਵਰਤਾਰਾ ਕਰਨਾ ਹੈ ਸਾਨੂੰ ਵੀ ਸੋਚਣਾ ਚਾਹੀਦਾ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਹੁਕਮ ਕੀਤਾ, ਸਿੱਖੋ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦਾ ਹੈ ਉਹ ਸਭ ਤੋਂ ਵਧੀਆ ਸ਼ਸਤਰ, ਸਭ ਤੋਂ ਵਧੀਆ ਘੋੜਾ ਅਤੇ ਸਭ ਤੋਂ ਵਧੀਆ ਆਪਣਾ ਨੌਜਵਾਨ ਪੁੱਤਰ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਭੇਟਾ ਕਰੇ, ਤਾਂ ਕਿ ਅਸੀਂ ਇਹਨਾਂ ਦੋਸ਼ੀਆਂ ਕੋਲੋਂ ਹੱਕ ਲੈਣੇ ਹਨ। ਸਿੱਖਾਂ ਨੇ ਵਚਨ ਮੰਨ ਕੇ ਅਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਸੀ ਉਹਦੀ ਪਾਲਣਾ ਕੀਤੀ, ਸ਼ਸਤਰ ਲਿਆਂਦੇ, ਘੋੜੇ ਲਿਆਂਦੇ, ਅਤੇ ਸਿੱਖਾਂ ਨੇ ਆਪਣੇ ਸਪੁੱਤਰ ਜਵਾਨੀਆਂ ਭੇਟਾ ਕੀਤੀਆਂ, ਅਤੇ ਉਹਨਾਂ ਨੇ ਫਿਰ ਕੱਢੀ ਜਾਗੋ ਖਾਲਸਾ ਜੀ, ਅਤੇ ਜਿਵੇਂ ਜਾਗੋ ਕੱਢ ਕੇ ਦੀਵਾਨ ਚੰਦੂ ਦੇ ਨੱਕ 'ਚ ਨਕੇਲ ਅਤੇ ਗਲ ਵਿੱਚ ਛਿੱਤਰਾਂ ਦਾ ਹਾਰ, ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਿਵੇਂ ਲਿਜਾਣਾ, ਉਹ ਆਪਾਂ ਕੱਲ੍ਹ ਨੂੰ ਸ਼ਾਮਾਂ ਦੇ ਦੀਵਾਨ ਵਿੱਚ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਸੰਗਤਾਂ ਨਾਲ ਸਾਂਝਾ ਕਰਾਂਗੇ। ਜਿਨ੍ਹਾਂ ਕੋਲ ਭਾਈ ਸਮਾਂ ਹੋਵੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸੁਣਨ ਵਾਸਤੇ ਗੁਰੂ ਦੇ ਚਰਨਾਂ ਨਾਲ ਜ਼ਰੂਰ ਜੁੜਨਾ। ਆਵਾਜ਼ੇ ਕੌਮ ਟੀਵੀ ਦੇ ਉੱਤੇ ਲਾਈਵ ਚੱਲ ਰਿਹਾ ਹੈ, ਘਰਾਂ ਵਿੱਚ ਵੀ ਬੈਠੀ ਸੰਗਤ ਜੋ ਸਤਿਗੁਰਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ ਉਹਨਾਂ ਦਾ ਵੀ ਰੋਮ ਰੋਮ ਕਰਕੇ ਧੰਨਵਾਦ, ਅਤੇ ਆਵਾਜ਼ੇ ਕੌਮ ਟੀਵੀ ਵਾਲਿਆਂ ਦਾ ਵੀ ਅਤੇ ਸੇਵਾਦਾਰਾਂ ਦਾ ਵੀ ਸਾਡੇ ਸਲ ਸਾਫ ਹੋਣੀ ਜੋ ਸਮਾਂ ਕੱਢ ਕੇ ਇਹ ਲਾਈਵ ਕਰ ਰਹੇ ਹਨ। ਸੋ ਆਓ, ਇਹ ਜਿਹੜਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਪਿਆਰੇ ਉਹਨਾਂ ਸਿੱਖਾਂ ਨੂੰ ਨਾਲ ਲੈ ਕੇ ਦੀਵਾਨ ਚੰਦੂ ਤੋਂ ਜਿਵੇਂ ਹੱਕ ਲਿਆ ਉਹ ਕੱਲ੍ਹ ਨੂੰ, ਅਤੇ ਜਿਵੇਂ ਦਰਬਾਰ ਸਾਹਿਬ ਦੇ ਘੱਲੂ ਘਾਰੇ ਦਾ ਅਤੇ ਨਰਕ ਧਾਰੀਆਂ ਦੇ ਸਿੱਖੀ ਉੱਤੇ ਹਮਲੇ ਕਰਨ ਦਾ ਹੱਕ ਲੈਣ ਵਾਸਤੇ ਜਿਵੇਂ ਛੇਵੇਂ ਪਾਤਸ਼ਾਹ ਦੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸੱਚੇ ਸੁੱਚੇ ਸਿੱਖ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਐਲਾਨ ਕੀਤਾ ਸੀ ਧਰਮਜੋਤ ਦੇ ਵੇਲੇ ਕਿ ਸਿੱਖੋ, ਇੱਕ ਇੱਕ ਪਿੰਡ ਵਿੱਚ ਇੱਕ ਇੱਕ ਮੋਟਰਸਾਈਕਲ ਅਤੇ ਤਿੰਨ ਤਿੰਨ ਨੌਜਵਾਨ ਅਤੇ ਤਿੰਨ ਤਿੰਨ ਸ਼ਸਤਰ ਜਿਹੜੇ ਆ ਰੱਖੋ, ਅਤੇ ਰੱਖ ਕੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ ਜਾਂ ਕਿਸੇ ਰੇਹੜੀ ਵਾਲੇ ਨੂੰ ਮਾਰਨਾ ਇਹ ਨਹੀਂ ਕੰਮ, ਪਰ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲੇ ਤੋਂ ਹੱਕ ਲੈਣਾ, ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੋਂ ਹੱਕ ਲੈਣਾ ਅਤੇ ਸਿੱਖ ਕੌਮ ਉੱਤੇ ਵਾਧਾ ਕਰਨ ਵਾਲੇ ਤੋਂ ਹੱਕ ਲੈਣਾ ਨੌਜਵਾਨਾਂ ਦਾ ਕੰਮ ਹੈ। ਅਤੇ ਉਹਨਾਂ ਨੌਜਵਾਨਾਂ ਨੇ ਮੋਟਰਸਾਈਕਲ ਸਵਾਰਾਂ ਨੇ ਜਾਗ੍ਰਿਤੀ ਦੇ ਰੂਪ ਵਿੱਚ ਜਿਹੜੀ ਕਦੇ ਸਾਡੀਆਂ ਭੈਣਾਂ ਦੇ ਵਿਆਹ ਦੇ ਵਿੱਚ ਇਹ ਜਾਗੋ ਗਾਇਆ ਕਰਦੀਆਂ ਸਨ, ਪਰ ਗੁਰੂ ਕੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾ ਨੇ ਉਹ ਜਾਗੋ ਜਿਹੜੀ ਭੈਣਾਂ ਵਾਲੀ ਸੀ ਉਹ ਜਾਗੋ ਆਪਣੇ ਹਿਰਦਿਆਂ ਵਿੱਚ ਵਸਾ ਕੇ, ਅਤੇ ਜਾਗ੍ਰਿਤੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਵਿੱਚ ਸਾਨੂੰ ਦੇ ਕੇ ਦੇਸ਼ ਦੇ ਕੋਲੋਂ ਗੁਲਾਮੀ ਲਾਈ ਸੀ, ਜੋ ਛੇਵੇਂ ਪਾਤਸ਼ਾਹ ਮਹਾਰਾਜ ਨੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਸ਼ਸਤਰ ਪਹਿਨ ਕੇ ਅਤੇ ਸਿੱਖਾਂ ਨੂੰ ਪਹਿਨਾ ਕੇ ਅਤੇ 700 ਸਾਲ ਦੀ ਗੁਲਾਮੀ ਮੁਗਲ ਰਾਜ ਦੀ ਜਿਹੜੀ ਸੀ ਉਹਨੂੰ ਜਿੱਤਾਂ ਜਿੱਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ, ਅਤੇ ਉਹ ਗੁਲਾਮੀ ਲਾਉਣ ਵਾਸਤੇ ਗੁਰੂ ਕੇ ਸਿੱਖਾਂ ਨੇ ਅੱਜ ਸਿੱਖਾਂ ਦੇ ਘਰੋਂ ਗੁਲਾਮੀ ਵੱਲ ਲਾਉਣ ਵਾਸਤੇ ਨੌਜਵਾਨਾਂ ਨੇ ਜਿਹੜੀ ਜਾਗ੍ਰਿਤੀ ਪੰਜਾਬ ਅਤੇ ਹਿੰਦੁਸਤਾਨ ਦੇ ਅੰਦਰ ਲਿਆਂਦੀ ਅਤੇ ਕੁਰਬਾਨੀਆਂ ਕੀਤੀਆਂ ਜੀ, ਇਹ ਕਵਿਤਾ ਕਹਿ ਕੇ ਸਮਾਪਤੀ ਹੈ। ਸੁਣੇ ਪਿਆਰ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪ੍ਰਚਾਰ ਸੁਣ ਕੇ ਅਤੇ ਨੌਜਵਾਨਾਂ ਦੇ ਵਿੱਚ ਜੋ ਜਾਗ੍ਰਿਤੀ ਆਈ, ਜਿਹਨਾਂ ਨੂੰ ਕਹਿੰਦੇ ਨੇ ਜਾਗ ਬਈ ਸਿੰਘਾ, ਹੁਣ ਜਾਗੋ ਆਈ ਆ, ਐਵੇਂ ਬੇਨਤੀ ਕੀਤੀ ਜਾ ਰਹੀ। ਏ ਜੀ ਸਿੰਘਾ ਜਾਗ ਬਈ ਹੁਣ ਜਾਗੋ ਆਈ ਐ, ਵਾਲਿਆਂ ਸੰਤਾਂ ਨੇ ਹੁਣ ਫੇਰ ਕੁਲਾਈ ਐ, ਵਾਲਿਆਂ ਨੇ ਬੜ ਮਗਰ ਬਿਠਾਈ ਐ, ਜਾਗੋ ਨੇ ਹੈ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ, ਮੁੜ ਕੇ ਗਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ, ਕੁਰਸੀ ਮੁੱਖ ਬਣਾਈ ਆ ਬਈ ਹੁਣ ਜਾਗੋ ਆਈ ਐ,
ਸੰਤਾਂ ਨੇ ਨਿਊ ਕਰਕੇ ਕੁਲਾਈ ਹੈ, ਵਾਲਿਆਂ ਨੇ ਬਰ ਮਗਰ ਬਿਠਾਈ ਹੈ। ਵੀ ਨਰਕ ਤਾਰੀ ਗੁਰ ਬਚਨ ਪਾਪੀ ਜਾਗੋ ਨੇ ਮੁੜ ਕਾਤਾ, ਗੁਰੂ ਗ੍ਰੰਥ ਕਰੇ ਬਿਆਜ ਵੀ ਉਸ ਨੂੰ ਪਾਰ ਬੁਲਾਤਾ। ਵੀ ਆਪ ਗੁਰੂ ਬਣ ਬੈਠਾ ਸੀ ਜੋ ਉਸ ਦੀ ਅਲਖ ਮਕਾਈ ਹੈ, ਬਈ ਹੁਣ ਜਾਗੋ ਆਈ ਹੈ। ਸੰਤਾਂ ਨੇ ਲੁਧਿਆਣੇ ਕੁਲਾਈ ਹੈ, ਸੇ ਗੁਰ ਵਾਲਿਆਂ ਨੇ ਫੜ ਮਗਰ ਬਿਠਾਈ ਹੈ। ਸੈਕਿੰਡ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ, ਗੁਰੰਤ ਵੀ ਕਰੇ ਬਿਆਦ ਵੀ ਗੋਲੀਆਂ ਮਾਰੀ ਉਡਾਇਆ। ਲੁਧਿਆਣੇ ਦੇ ਲਾਗੇ ਸਿੰਘਾਂ ਜਾਗੋ ਆਣ ਮਿਲਾਈ ਹੈ, ਬਈ ਹੁਣ ਜਾਗੋ ਆਈ ਹੈ। ਬਚਨਾ ਪਾਪੀ ਬਈ ਨਜ਼ਰ ਜਾਗੋ ਦੀ ਪੈ ਗਿਆ, ਆਪ ਤੇ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ। ਧੀਆਂ ਪੁੱਤਰ ਸਣੀ ਵਾਈਫ ਦੇ ਜਾਗੋ ਕਰੀ ਸਫਾਈ ਆ, ਬਈ ਹੁਣ ਜਾਗੋ ਆਈ ਹੈ। ਕਿੱਧਰੋਂ ਆਈ ਹੈ ਵਾਲੀਆ, ਸੰਤਾਂ ਨੇ ਅੰਮ੍ਰਿਤਸਰ ਕੁਲਾਈ ਹੈ। ਮੇਰੀ ਕਾਰ ਕੋ
ਭਲਾਈ ਐ ਬਈ ਹੁਣ ਜਾਗੋ ਆਈਏ ਕਿਧਰੋਂ ਆਈਏ ਰਾਂ ਵਾਲਿਆ ਸੰਤਾਂ ਨੇ ਅੰਮ੍ਰਿਤ ਸਰ ਖੁਲਾਈਏ ਅੰਮ੍ਰਿਤਸਰ ਦੀ ਜੇਲ ਦੇ ਅੰਦਰ ਜਾਗੋ ਰੰਗ ਦਿਖਾਇਆ ਫੁੱਲਾ ਪੀਂਦਾ ਖੂਨ ਸੋਮਦਾ ਉਸਨੂੰ ਮਜ਼ਾਕ ਖਾਇਆ ਤੇਜ ਸਿੰਘ ਨੇ ਕਰ ਕੁਰਬਾਨੀ ਤੇਲ ਪਾ ਤੀਲੀ ਲਾਈ ਐ ਬਈ ਹੁਣ ਜਾਗੋ ਆਈਏ ਕਿਧਰੋਂ ਆਈਏ ਵਾਲਿਆ ਸੰਤਾਂ ਨੇ ਚੰਡੀਗੜ੍ਹ ਖੁਲਾਈਏ ਸੋਹਣੀ ਜਾਗੋ ਫੇਰੀ ਅੰਤ ਪੀਂਦਾ ਖੂਨ ਕੌਮ ਦਾ ਸਿੰਘ ਕਰ ਲੈ ਤੇਰੀ ਟਾਵਰ ਸਿੰਘ ਨੇ ਕਰ ਕੁਰਬਾਨੀ ਬਿਆਂਤੇ ਦੀ ਬਿੱਲੀ ਬੁਲਾਈ ਐ ਬਈ ਹੁਣ ਜਾਗੋ ਆਈਏ ਕਿਧਰੋਂ ਆਈਏ ਵਾਲਿਆ ਸੰਤਾਂ ਨੇ ਹੁਣ ਫੇਰ ਖੁਲਾਈ ਐ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਸਦਾ ਹੀ ਰਹੇਗੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਰਹਿਣਗੇ ਆ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ ਹੈ ਨੌਜਵਾਨ ਹੈ ਇਹਨਾਂ ਉੱਤੇ ਕਿਹਦੇ ਉੱਤੇ ਮੇਰੇ ਸਤਿਗੁਰਾਂ ਦਾ ਮੇਰਾ ਦਾ ਹੱਥ ਹੋ ਜਾਣਾ ਕਿਹਦੇ ਕੋਲੋਂ ਸੇਵਾ ਲੈ ਲੈਣੀ ਹੈ ਇਹ ਸਤਿਗੁਰੂ ਸਦਾ ਹੀ ਸੇਵਾ ਲੈਂਦੇ ਰਹੇ ਨੇ ਕੋਈ ਵੀ ਆਪਾਂ ਕਲੇਮ ਨਹੀਂ ਕਰ ਸਕਦੇ ਕਿ ਅਸੀਂ ਜਿੰਦਾ ਅਤੇ ਸੁੱਖਾ ਕਾਇਮ ਕੀਤੇ ਅਸੀਂ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਅਸੀਂ ਪੈਦਾ ਕੀਤੇ ਨਹੀਂ ਸਤਵੰਤ ਸਿੰਘ ਕੇਰ ਸਿੰਘ ਅਤੇ ਬੇਅੰਤ ਸਿੰਘ ਅਸੀਂ ਪੈਦਾ ਕੀਤੇ ਨਹੀਂ ਕੋਈ ਨਹੀਂ ਕਲੇਮ ਕਰ ਸਕਦਾ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਆਪਣੇ ਸਮੇਂ ਨਾਲ ਡਿਊਟੀਆਂ ਲਾਈਆਂ ਨੇ ਉਹਨਾਂ ਕੋਲੋਂ ਸੇਵਾਵਾਂ ਲਈਆਂ ਨੇ ਅਤੇ ਜਿਹੜੇ ਗਾਂਹ ਵੀ ਪਾਪ ਕਰਨਗੇ ਉਹਨਾਂ ਕੋਲੋਂ ਵੀ ਸਤਿਗੁਰਾਂ ਨੇ ਇਸੇ ਤਰ੍ਹਾਂ ਹੱਕ ਲਈ ਦੇ ਰਹਿਣਾ ਹੈ ਆਪਣਾ ਫਰਜ਼ ਹੈ ਗੁਰੂ ਦੇ ਚਰਨਾਂ ਨਾਲ ਜੁੜਨਾ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਸਤਿਗੁਰਾਂ ਨੇ ਮੇਰਾ ਜਿਹਦੇ ਉੱਤੇ ਬਖਸ਼ਣੀਆਂ ਨੇ ਉਹਦੇ ਕੋਲੋਂ ਸੇਵਾ ਲੈਣੀ ਹੈ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੀਆਂ ਸਮੂਹ ਸੰਗਤਾਂ ਜਿਨ੍ਹਾਂ ਨੇ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਨਿਭਾਈ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਪ੍ਰਬੰਧਕਾਂ ਅਤੇ ਆਵਾਜ਼ੇ ਕੌਮ ਟੀਵੀ ਜਿਹੜੇ ਘਰਾਂ ਵਿੱਚ ਬੈਠੇ ਦੇਸ਼ਾਂ ਵਿਦੇਸ਼ਾਂ ਵਿੱਚ ਹਜ਼ਾਰਾਂ ਸੰਗਤਾਂ ਤੱਕ ਇਹ ਗੁਰੂ ਕਾ ਪ੍ਰਚਾਰ ਜਿਹੜਾ ਹੈ ਜੋ ਆਪ ਸੰਗਤਾਂ ਕਿਰਪਾ ਕਰਕੇ ਕਰਾਉਂਦੀਆਂ ਉਹ ਘਰਾਂ ਤੱਕ ਕੰਨਾਂ ਕੰਨਾਂ ਵਿੱਚ ਪਹੁੰਚਾਉਂਦੇ ਹਨ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਜਿਸ ਵੀ ਮੀਡੀਆ ਦਾ ਜਿੱਦਾਂ ਵੀ ਭਾਈ ਯੁੱਗ ਹੈ ਉਸ ਤਰ੍ਹਾਂ ਇਹ ਤੋਂ ਵੀ ਸੇਵਾਵਾਂ ਜਿਹੜੀਆਂ ਲੈਣੀਆਂ ਚਾਹੀਦੀਆਂ ਹਨ ਜਿਹੜਾ ਪ੍ਰਚਾਰਕ ਹੈ ਜਿਹੜੇ ਪ੍ਰਬੰਧਕ ਹਨ ਅਤੇ ਜਿਹੜੀ ਗੁਰੂ ਕੀ ਸੰਗਤ ਹੈ ਉਹ ਸਤਿਗੁਰਾਂ ਦੇ ਭੈ ਵਿੱਚ ਰਹਿ ਕੇ ਗੁਰੂ ਕਾ ਪ੍ਰੇਮ ਵਾਲਾ ਪ੍ਰਚਾਰ ਸੁਣਨਾ ਅਤੇ ਕਰਨਾ ਅਤੇ ਕਰਨ ਦੇਣ ਦੀ ਆਗਿਆ ਬਖਸ਼ਣੀ ਇਹ ਆਪ ਸੰਗਤਾਂ ਦੇ ਪ੍ਰਬੰਧਕਾਂ ਦੇ ਹੱਥ ਵਿੱਚ ਹੈ ਸੋ ਸਤਿਗੁਰੂ ਰਹਿਮਤ ਕਰਕੇ ਇਹ ਸੇਵਾ ਆਪ ਜੀ ਤੋਂ ਲੈਂਦੇ ਰਹਿਣ ਅਤੇ ਜੋ ਸਾਡਾ ਫਰਜ਼ ਹੈ ਹੁਣ ਕੋਕਰ ਤੇਰਾ ਦਰਬਾਰ ਭੌਂਕਾਂ ਆ ਗਏ ਬਦਨ ਪਸਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਜ਼ਬਾਨ ਬਖਸ਼ੀ ਹੈ ਇਹ ਜ਼ਬਾਨ ਗੁਰੂ ਕੇ ਪਿਆਰ ਲਈ ਗੁਰੂ ਕੀਆਂ ਸੰਗਤਾਂ ਦੇ ਸਤਿਕਾਰ ਵਾਸਤੇ ਐਸੇ ਤਰ੍ਹਾਂ ਹੀ ਚੱਲਦੀ ਰਹੇ ਭੁੱਲਾਂ ਤੋਂ ਸਤਿਗੁਰੂ ਅਤੇ ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਬਚਾ ਕੇ ਰੱਖਣ ਅਤੇ ਹੋਈਆਂ ਭੁੱਲਾਂ ਬਖਸ਼ਿਸ਼ ਕਰਨ ਕਿਉਂਕਿ ਬੋਲਦਿਆਂ ਜ਼ਬਾਨ ਕਈ ਵਾਰੀ ਐਸੇ ਬਚਨ ਦੂਰ ਤੋਂ ਨਿਕਲ ਜਾਂਦੇ ਹਨ ਜਿਹੜੇ ਯੋਗ ਨਹੀਂ ਹੁੰਦੇ ਢੁੱਕਦੇ ਨਹੀਂ ਹੁੰਦੇ
ਪਰ ਉਹ ਰੋਕੇ ਵੀ ਨਹੀਂ ਜਾ ਸਕਦੇ। ਸਤਿਗੁਰੂ ਕੀਆਂ ਸੰਗਤਾਂ ਦੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਬਖਸ਼ ਲੈਣਗੇ ਜੀ। ਆਉਣ ਵਾਲਾ ਪ੍ਰੋਗਰਾਮ ਸਰਵਣ ਕਰੋ, ਕੱਲ੍ਹ ਨੂੰ ਐਸੇ ਟਾਈਮ ਫਿਰ ਆਪਾਂ ਜੋ ਛੇਵੇਂ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ ਸਾਹਿਬ ਦੀ ਸਾਜਨਾ ਕਰਕੇ ਅਤੇ ਜੋ ਪੰਜਵੇਂ ਪਾਤਸ਼ਾਹ ਆਪਣੇ ਪਿਤਾ ਗੁਰਦੇਵ ਜੀ ਦੀ ਸ਼ਹੀਦੀ ਦਾ ਹੱਕ ਲਿਆ ਅਤੇ ਸਿੱਖ ਕੌਮ ਨੂੰ ਸ਼ਸਤਰਧਾਰੀ ਬਣਾਇਆ ਹੈ, ਉਹ ਆਪਾਂ ਸੁਣਾਵਾਂਗੇ। ਅਤੇ ਪਰਸੋਂ ਨੂੰ ਨੌਜਵਾਨੋਂ, ਜੋ ਤੁਸੀਂ ਤੁਹਾਡੇ ਹਮ ਉਮਰ ਦੇ ਗੁਰੂ ਕੇ ਪਿਆਰਿਆਂ ਨੇ ਜੋ ਅੱਜ ਪੈੜਾਂ ਪਾਈਆਂ ਨੇ, ਮੈਂ ਅੱਜ ਵੀ ਸ਼ੁਰੂ ਕਰ ਸਕਦਾ ਸੀ, ਮੈਂ ਤਾਂ ਨਹੀਂ ਕੀਤਾ। ਮੈਂ ਕਿਹਾ ਕਈ ਵਾਰੀ ਸੰਗਤਾਂ ਦੇ ਵਿੱਚੋਂ ਕਈ ਵੀਰ ਐਸੇ ਹੁੰਦੇ ਹਨ, ਉਹ ਇਹ ਕਹਿਣ ਲੱਗ ਪੈਂਦੇ, ਨਹੀਂ ਜੀ ਸਾਨੂੰ ਗੁਰ ਇਤਿਹਾਸ ਜ਼ਰੂਰੀ ਹੈ, ਸਭ ਕੁਝ ਜ਼ਰੂਰੀ ਹੈ ਭਾਈ। ਅਤੇ ਗੁਰੂ ਦੀ ਜਿਹੜੀ ਇਹ ਕਿਰਪਾ ਹੈ, ਇਹ ਸਾਰੀ ਆਪਾਂ ਸੰਗਤਾਂ ਵਿੱਚ ਸਾਂਝੀ ਕਰਨੀ ਹੈ, ਕਿਉਂਕਿ ਨਵੇਂ ਘਰ ਬਣਦੇ ਰਹਿੰਦੇ ਨੇ, ਨਵੇਂ ਇਲਾਕੇ ਆਬਾਦ ਹੁੰਦੇ ਨੇ, ਅਤੇ ਨਕਸ਼ਾ ਪੁਰਾਣਾ ਵੀ ਅਤੇ ਨਵਾਂ ਵੀ ਸਾਰਾ ਇਕੱਠਾ ਹੀ ਕਰਨਾ ਚਾਹੀਦਾ ਹੈ। ਜੇ ਇਕੱਲਾ ਪੁਰਾਣਾ ਲਵਾਂਗੇ ਤਾਂ ਨਵੇਂ ਤੱਕ ਨਹੀਂ ਉਹਨੇ ਪਹੁੰਚਾਉਣਾ, ਇਕੱਲਾ ਨਵਾਂ ਹੀ ਰੱਖਿਆ ਅਤੇ ਉਹਨੇ ਪੁਰਾਣੇ ਦੇ ਵਿੱਚੋਂ ਆਪਾਂ ਨੂੰ ਨਿਕਲ ਨਹੀਂ ਦੇਣਾ, ਪੁਰਾਣਾ ਭੁੱਲ ਜਾਵਾਂਗੇ ਅਤੇ ਆਪਾਂ ਫੇਰ ਵੀ ਨਹੀਂ ਆਪਾਂ ਕਾਮਯਾਬ ਹੋਣਾ। ਇਸ ਵਾਸਤੇ ਸਾਰਾ ਗੁਰੂ ਕਾ ਪੁਰਾਤਨ ਇਤਿਹਾਸ ਅਤੇ ਜੋ ਸਤਿਗੁਰਾਂ ਨੇ ਕਿਰਪਾ ਕਰਕੇ ਨਵਾਂ ਇਤਿਹਾਸ ਆਪ ਗੁਰੂ ਕੀਆਂ ਸੰਗਤਾਂ ਕੋਲੋਂ ਸਿਰਜਿਆ ਹੈ, ਉਹ ਵੀ ਸਾਂਝਾ ਕਰਾਂਗੇ ਜੀ। ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਅਰਦਾਸ ਖਿਮਾਂ ਦੇ ਜਾਚਕ ਹਨ, ਮੰਗਲਵਾਰ ਸ਼ਾਮ ਤੱਕ ਤੁਹਾਡੇ ਚਰਨਾਂ ਵਿੱਚ ਸੇਵਾ ਕਰਾਂਗੇ ਅਤੇ ਬੁੱਧਵਾਰ ਤੋਂ ਜੋ ਸ਼ਹੀਦੀ ਸਮਾਗਮ ਕਰੇਗੀ ਬਰਨ ਗੁਰਦੁਆਰਾ ਸਾਹਿਬ ਮੈਲਬੋਰਨ ਵਿਖੇ ਹੈ, ਉੱਥੇ ਆਪ ਦੀਆਂ ਸੰਗਤਾਂ ਨੇ ਸੇਵਾ ਲਾਈ ਹੈ ਦਾਸਾਂ ਦੀ। ਅਰਦਾਸ ਕਰਿਓ ਕਿ ਉੱਥੇ ਵੀ ਐਸੇ ਤਰ੍ਹਾਂ ਗੁਰੂ ਦੇ ਚਰਨ, ਗੁਰੂ ਕੀਆਂ ਸੰਗਤਾਂ ਦੇ ਚਰਨ ਪਰਸ ਸਕੀਏ ਜੀ। ਸੋ ਆਹ ਹੋਈਆਂ ਭੁੱਲਾਂ ਦੀ ਖਿਮਾ, ਆਉਣ ਵਾਲਾ ਪ੍ਰੋਗਰਾਮ ਸਰਵਣ ਕਰੋ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।